ਸਤਿ ਸ੍ਰੀ ਅਕਾਲ, ਅਦਾਬ, ਨਮਸਤੇ ਤੇ ਗੁੱਡ ਆਫਟਰਨੂਨ। ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਨਿਕ ਬਾਟ, ਫਿਲਾਡਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਕਾਰੋਬਾਰ ਪੰਜਾਬੀਆਂ ਦੇ। ਅਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਜਾਂ ਇਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ। ਅਤੇ ਚੱਲ ਰਹੇ ਲਾਈਵ ਪ੍ਰੋਗਰਾਮ ਦੇ ਵਿੱਚ ਜੇ ਤੁਹਾਡਾ ਕੋਈ ਵੀ ਸਵਾਲ ਹੈ, ਕਿਸੇ ਵੀ ਤਰੀਕੇ ਦਾ ਕੋਈ ਸਵਾਲ ਹੈ, ਕੋਈ ਵੀ ਚੀਜ਼ ਤੁਸੀਂ ਸਾਡੇ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ ਉਹਦੇ ਥੱਲੇ ਲਿਖੇ ਨੰਬਰ ਦੇ ਉੱਪਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਦਰਸ਼ਕੋ, ਹਰ ਹਫ਼ਤੇ ਬੁੱਧਵਾਰ ਨੂੰ ਪ੍ਰੋਗਰਾਮ ਕਾਰੋਬਾਰ ਪੰਜਾਬੀਆਂ ਦੇ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਜਿਸ ਦੇ ਵਿੱਚ ਅਸੀਂ ਤੁਹਾਨੂੰ ਵੱਖਰੇ ਵੱਖਰੇ ਕਾਰੋਬਾਰੀ ਦਿਖਾਉਂਦੇ ਹਾਂ। ਕਾਰੋਬਾਰ ਇਕੱਲਾ ਇੱਕ ਕੋਈ ਸਟੋਰ ਬਿਜ਼ਨਸ ਜਾਂ ਹੋਰ ਕਈ ਜਿਹੜੇ ਹੁੰਦੇ ਨੇ ਬਿਜ਼ਨਸਿਸ, ਉਹਨਾਂ ਦੇ ਨਾਲ ਚੱਲਦਿਆਂ ਚੱਲਦਿਆਂ ਅਸੀਂ ਉਹੋ ਜਿਹੇ ਵੀ ਕਾਰੋਬਾਰੀ ਲੈ ਕੇ ਆਉਂਦੇ ਹਾਂ ਕਿ ਜਿਹੜੇ ਕਿਸੇ ਹੋਰ ਫੀਲਡ ਨਾਲ, ਲਾਈਕ ਮੈਡੀਕਲ ਫੀਲਡ ਨਾਲ ਜੁੜੇ ਹੋਣ, ਲਾਅ ਫੀਲਡ ਨਾਲ ਜੁੜੇ ਹੋਣ, ਫਾਈਨੈਂਸ਼ੀਅਲ ਫੀਲਡ ਨਾਲ ਜੁੜੇ ਹੋਣ, ਕਿਸੇ ਵੀ ਕਿੱਤੇ ਦੇ ਨਾਲ ਜੁੜੇ ਹੋਣ, ਐਜੂਕੇਸ਼ਨ ਫੀਲਡ ਦੇ ਨਾਲ ਜੁੜੇ ਹੋਣ, ਉਹਨਾਂ ਨੂੰ ਵੀ ਅਸੀਂ ਤੁਹਾਡੇ ਰੂਬਰੂ ਕਰਾਉਂਦੇ ਹਾਂ, ਭਾਵੇਂ ਉਹ ਕਿਸੇ ਵੀ ਉਸ ਦੇ ਵਿੱਚ ਹੋਣ। ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਾਰੋਬਾਰ ਪੰਜਾਬੀਆਂ ਦੇ, ਤਾਂ ਈਵਨ ਕਿ ਸੋਸ਼ਲ ਸਰਵਿਸਿਸ ਵੀ ਜਿਹੜੇ ਸਾਡੇ ਭੈਣ ਭਰਾ ਕਰਦੇ ਨੇ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ, ਆਪਣੀ ਇੱਕ ਕਮਿਊਨਿਟੀ ਨੂੰ ਇੱਕ ਆਪਣੀ ਦੇਣ ਦਿੱਤੀ ਹੈ, ਜਿਨ੍ਹਾਂ ਨੇ ਇੱਕ ਆਪਣੀ ਜਿੱਥੇ ਐਜੂਕੇਸ਼ਨ ਆ, ਜਿੱਥੇ ਉਸ ਨੂੰ ਐਜ਼ ਏ ਪ੍ਰੋਫੈਸ਼ਨ ਯੂਜ਼ ਕਰਦੇ ਨੇ, ਉੱਥੇ ਹੀ ਉਸ ਐਜੂਕੇਸ਼ਨ ਨੂੰ, ਉਸ ਆਪਣੀ ਨੌਲੇਜ ਨੂੰ ਜਦੋਂ ਇੱਕ ਸੋਸ਼ਲ ਸਰਵਿਸਿਸ ਦੇ ਵਿੱਚ ਐਜ਼ ਏ ਸੇਵਾ ਦੇ ਵਿੱਚ ਵੀ ਯੂਜ਼ ਕਰਦੇ ਨੇ, ਤਾਂ ਉਹ ਸਾਡਾ ਸਿਰ ਜਿਹੜਾ ਆ ਫਕਰ ਦੇ ਨਾਲ ਹੋਰ ਉੱਚਾ ਹੋ ਜਾਂਦਾ ਆ, ਅਤੇ ਸਾਡਾ ਦਿਲ ਕਰਦਾ ਆ ਕਿ ਅਸੀਂ ਉਹਨਾਂ ਨੂੰ ਆਪਣੇ ਮਹਿਮਾਨ ਬਣਾਈਏ, ਦਿਖਾਈਏ ਪੂਰੀ ਦੁਨੀਆ ਨੂੰ ਕਿ ਪੰਜਾਬੀਆਂ ਦੇ ਕਾਰੋਬਾਰ ਕੀ ਨੇ। ਸੋ ਦਰਸ਼ਕੋ, ਅੱਜ ਦੇ ਜਿਹੜੇ ਸਾਡੇ ਮਹਿਮਾਨ ਨੇ ਡਾਕਟਰ ਜਸਬੀਰ ਸਿੰਘ ਲੋਹਾਨ, ਜਿਨ੍ਹਾਂ ਨੇ ਕਿ ਸਾਈਕੋਲੋਜੀ ਦੇ ਵਿੱਚ PhD ਕੀਤੀ ਹੈ, ਅਤੇ ਉਸ ਦੇ ਨਾਲ ਹੀ ਉਹ ਹੈਗੇ ਨੇ ਲਾਈਫ ਕੋਚ, ਇੰਟਰਨੈਸ਼ਨਲ ਲਾਈਫ ਕੋਚ ਨੇ ਕਿ ਜਿਹੜੇ ਜਿਨ੍ਹਾਂ ਨੇ ਕਿ ਆਪਣੇ ਦੇਸ਼ ਦੀ ਸੇਵਾ ਇੱਥੇ ਰਹਿੰਦਿਆਂ ਵੀ ਕੀਤੀ ਹੈ, ਅਤੇ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਪੇਸ਼ੈਂਟਸ ਨੇ ਜਿਹੜੇ ਮਾਨਸਿਕ ਤੌਰ ਦੇ ਉੱਪਰ ਜਾਂ ਹੋਰ ਤਰੀਕੇ ਦੇ ਨਾਲ ਜਿਹੜੇ ਜਾਂ ਡਰੱਗਸ ਦੇ ਵਿੱਚ ਲੈ ਲਓ, ਹੋਰ ਤਰੀਕੇ ਦੀਆਂ ਜਿੰਨੀਆਂ ਵੀ ਇਹਦੇ ਵਿੱਚ ਆਉਂਦੀਆਂ ਨੇ ਕਨਫਿਊਜ਼ਨਸ ਹੁੰਦੀਆਂ ਨੇ, ਖਾਸ ਕਰਕੇ ਹੁਣ ਅੱਜ ਕੱਲ੍ਹ ਦਾ ਜਿਹੜਾ ਮਾਹੌਲ ਆ, ਜਿਹੜੇ ਲੋਕ ਘਰਾਂ ਦੇ ਵਿੱਚ ਰਹਿ ਕੇ ਕਿਤੇ ਨਾ ਕਿਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਨੇ ਜਾਂ ਹੋਰ ਕਈ ਚੀਜ਼ਾਂ ਦਾ ਸ਼ਿਕਾਰ ਹੋ ਗਏ ਨੇ, ਤਾਂ ਉਸ ਦੇ ਵਿੱਚ ਉਹਨਾਂ ਦੀ ਸਮਾਜ ਦੇ ਵਿੱਚ ਅਤੇ ਕਮਿਊਨਿਟੀ ਦੇ ਵਿੱਚ ਬਹੁਤ ਵੱਡੀ ਸੇਵਾ ਆ। ਸੋ ਮੈਂ ਸਵਾਗਤ ਕਰਦਾ ਹਾਂ ਡਾਕਟਰ ਜਸਬੀਰ ਸਿੰਘ ਜੀ ਤੁਹਾਡਾ ਜਸ ਪੰਜਾਬੀ ਦੇ ਉੱਪਰ ਪ੍ਰੋਗਰਾਮ ਕਾਰੋਬਾਰ ਪੰਜਾਬੀਆਂ ਦੇ ਵਿੱਚ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਕ ਪਾਟ ਜੀ। ਤੁਸੀਂ ਅੱਜ ਇੱਥੇ ਸਾਰੇ ਸਰੋਤਿਆਂ ਦੇ ਨਾਲ ਮੈਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ, ਸੋ ਥੈਂਕ ਯੂ ਸੋ ਮੱਚ ਫੋਰ ਜਸ ਪੰਜਾਬੀ TV। ਤੁਸੀਂ ਹਮੇਸ਼ਾ ਬਹੁਤ ਵਧੀਆ ਪ੍ਰੋਗਰਾਮਸ ਲੈ ਕੇ ਆਉਂਦੇ ਹੋ ਕਮਿਊਨਿਟੀ ਲਈ, ਸੋ ਇਟਸ ਅ ਗ੍ਰੇਟ ਅਪੋਰਚੁਨਿਟੀ ਟੂ ਟਾਕ ਵਿਦ ਆਲ ਦਾ ਕਮਿਊਨਿਟੀ ਪੀਪਲ ਵਰਲਡ ਅਰਾਊਂਡ। ਸੋ ਸਾਰੇ ਦੇਸ਼ਾਂ ਦੇ ਵਿੱਚ ਤੁਹਾਡਾ TV ਚੱਲਦਾ ਹੈ, ਦੇਖਦੇ ਹੈ ਲੋਕ, ਅਤੇ ਇੱਕ ਬਹੁਤ ਵਧੀਆ ਮੌਕਾ ਹੈ ਕਿ ਲੋਕਾਂ ਨੂੰ ਸੁਨੇਹਾ ਦੇਣ ਦਾ ਕਿ ਕਿਵੇਂ ਤੁਸੀਂ ਆਪਣੇ ਆਪ ਨੂੰ ਦਿਮਾਗੀ ਤੌਰ 'ਤੇ ਠੀਕ ਰੱਖ ਸਕਦੇ ਹੋ। ਜੀ ਸਰ, ਡਾਕਟਰ ਸਾਹਿਬ, ਆਪਾਂ ਗੱਲਾਂ ਬਾਤਾਂ ਹੋਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੀ ਇੰਟਰੋਡਕਸ਼ਨ ਜ਼ਰੂਰ ਦੇਣੀ ਚਾਹਵਾਂਗੇ ਦਰਸ਼ਕਾਂ ਨੂੰ ਵੀ ਤੁਸੀਂ ਇੰਡੀਆ ਤੋਂ ਕਿੱਥੋਂ ਆਏ ਆ, ਕਿਸ ਤਰ੍ਹਾਂ ਕਿੱਥੋਂ ਤੁਹਾਡੀ ਐਜੂਕੇਸ਼ਨ ਸ਼ੁਰੂ ਹੁੰਦੀ ਆ, ਅਤੇ ਇਸ ਟਾਈਮ ਅਮੈਰੀਕਾ ਦੇ ਵਿੱਚ ਕਿਹੜੀ ਜਗ੍ਹਾ 'ਤੇ ਉਹ ਪੂਰੀ ਪਲੀਜ਼। ਜ਼ਰੂਰ ਜੀ। ਸੋ ਮੈਂ ਡਾਕਟਰ ਜਸਬੀਰ ਸਿੰਘ ਲੋਹਾਨ, ਮੈਂ ਬੇਸਿਕਲੀ ਤਾਂ ਹਰਿਆਣਾ ਤੋਂ ਬਿਲੋਂਗ ਕਰਦਾ, ਹਿਸਾਰ ਡਿਸਟ੍ਰਿਕਟ ਤੋਂ, ਬਟ ਮੇਰੀ ਫੈਮਿਲੀ ਸਾਰੀ ਚੰਡੀਗੜ੍ਹ, ਸੋ ਆਈ ਹੈਡ ਮਾਈ ਓਨ ਦਾ ਐਜੂਕੇਸ਼ਨ ਇਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ। ਸੋ ਉੱਥੋਂ ਹੀ ਮੈਂ ਆਪਣੀ ਡਾਕਟਰੇਟ ਕੀਤੀ, ਅਤੇ ਉਸ ਤੋਂ ਬਾਅਦ PGI ਚੰਡੀਗੜ੍ਹ ਦੇ ਵਿੱਚ ਮੈਂ 4 ਸਾਲ ਆਪਣੀ ਸੇਵਾ ਦਿੱਤੀ, ਅਤੇ ਉਹਦੇ ਵਿੱਚ ਉੱਥੇ ਰਹਿੰਦੇ ਰਹਿੰਦੇ ਮੇਰੇ ਕੋਲ ਇੱਕ ਪਹਿਲਾ ਪ੍ਰੋਜੈਕਟ ਜਿਹੜਾ ਆਇਆ ਸੀਗਾ, WHO ਦਾ ਪ੍ਰੋਜੈਕਟ ਸੀਗਾ ਡਰੱਗ ਅਬਿਊਜ਼ 'ਤੇ, ਅਤੇ ਉਹ ਮੈਂ ਪੰਜਾਬ ਦੇ ਵਿੱਚ ਬਹੁਤ ਕੰਮ ਕੀਤਾ ਨਸ਼ਿਆਂ ਨੂੰ ਲੈ ਕੇ, ਸੇ ਉਹ ਇੱਕ ਮੇਰੇ ਲਈ ਬਹੁਤ ਵੱਡਾ ਇੱਕ ਫਸਟ ਹੈਂਡ ਐਕਸਪੀਰੀਅੰਸ ਸੀਗਾ, ਜਾ ਕੇ ਪਿੰਡਾਂ ਦੇ ਵਿੱਚ ਜਾ ਕੇ, ਡਿਸਟ੍ਰਿਕਟਸ ਦੇ ਵਿੱਚ ਜਾ ਕੇ, ਰੂਰਲ ਏਰੀਆਜ਼ ਦੇ ਵਿੱਚ, ਬੋਰਡਰ ਏਰੀਆਜ਼ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲ ਕੀਤੀਆਂ, ਡਰੱਗ ਯੂਜ਼ਰਸ ਅਬਿਊਜ਼ਰਸ ਸੀਗੇ ਉਹਨਾਂ ਨਾਲ ਵੀ ਗੱਲ ਕੀਤੀ, ਜਿਹੜੇ ਨਸ਼ੇ ਕਰਦੇ ਸੀ, ਜਿਹੜੇ ਨਸ਼ੇ ਵੇਚਦੇ ਸੀ ਉਹਨਾਂ ਨਾਲ ਵੀ ਵਾਸਤਾ ਪਿਆ, ਪੁਲਿਸ ਆਫਿਸਰਸ ਦੇ ਨਾਲ, ਪੋਲੀਟੀਸ਼ੀਅਨਸ ਦੇ ਨਾਲ, ਬਹੁਤ ਸਾਰੀਆਂ ਚੀਜ਼ਾਂ ਉੱਥੇ ਸਿੱਖਣ ਨੂੰ ਮਿਲੀਆਂ। ਸੋ ਉੱਥੋਂ ਮੇਰਾ ਸਫ਼ਰ ਸ਼ੁਰੂ ਹੋਇਆ, ਦੈਨ
I started working with the NIH, jada National Institute of Health hai, ohde naal vi kaam karan da mauka milya, UNICEF de naal vi kaam karan da mauka milya, Ford Foundation de naal. So ye sari di sari international organizations hai, sare jante hain bhi ina da na tita bahut kai kai I think 150-200 countries de vich ye organizations kaam kardiyan. So ohna de naal kaam karan da mauka milya. ਫਿਰ ਚੰਡੀਗੜ੍ਹ ਨੂੰ ਸਮੋਕ ਫਰੀ ਸਿਟੀ ਬਣਾਉਣ ਵਾਸਤੇ ਅਸੀਂ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਲਿੱਤਾ ਤੋ WHO ਨੇ ਸਪੋਰਟ ਕੀਤਾ ਤੇ ਉਹਨੂੰ 2007 ਦੇ ਵਿੱਚ ਸਮੋਕ ਫਰੀ ਸਿਟੀ ਡਿਕਲੇਅਰ ਕੀਤਾ ਤੇ ਉਹ ਕਰਨ ਤੋਂ ਬਾਅਦ ਹੁਣ ਦੈਨ ਆਈ ਗੋਟ ਮਾਈ ਫਸਟ ਇੰਟਰਨੈਸ਼ਨਲ ਯੰਗ ਸਾਇੰਟਿਸਟ ਅਵਾਰਡ ਇਨ ਦੁਬਈ ਐਂਡ UK ਸੋ ਫਿਰ ਉੱਥੋਂ ਮੇਰਾ ਸਫ਼ਰ ਸ਼ੁਰੂ ਹੋ ਕੇ ਤੇ ਹੁਣ ਮੈਂ ਅੱਜ ਇੱਥੇ ਕੈਲੀਫੋਰਨੀਆ ਦੇ ਵਿੱਚ ਸੈਨ ਫਰਾਂਸਿਸਕੋ ਬੇਰੀਆ ਫਰੈਜ਼ਨੋ ਐਲਏ ਤੇ ਸੈਨ ਡੀਏਗੋ ਇਹ ਚਾਰ ਸਾਡੇ ਲੋਕੇਸ਼ਨਸ ਹੈਗੀਆਂ ਜਿੱਥੇ ਅਸੀਂ ਆਪਣੀ ਲਾਈਫ ਕੋਰਸ ਦੀ ਸੇਵਾਵਾਂ ਦਿੰਦੇ ਹਾਂ ਬਟ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਕਿ ਡਿਜੀਟਲ ਆਪਣਾ ਟੈਲੀਹੈਲਥ ਦੇ ਥਰੂ ਹੀ ਅੱਜ ਕੱਲ੍ਹ ਸਾਰਾ ਕੁਛ ਹੁੰਦਾ ਅਤੇ ਵੀਡੀਓ ਕਨਵਰਸੇਸ਼ਨ ਹੁੰਦੀਆਂ ਵੀਡੀਓ 'ਤੇ ਹੀ ਅੱਜ ਕੱਲ੍ਹ ਮੁਲਾਕਾਤਾਂ ਹੁੰਦੀਆਂ ਸਾਰਿਆਂ ਦੀ ਜੀ ਸੋ when it comes to the video conferences digital world de vich then there is no border mere kol clients bahut se canada ton vi hain india ton vi hain te itthe dubai ton ya dooje countries new zealand australia ton vi hege te itthe america de vichon vi hain so pura hi world hi sara apna hun jithe marzi seva de sakde ho tusi jadon kaam karan te aana ta fir kar hi sakde ha but currently I'm located here in Fresno California ji Fresno de vich utthe vi sada just punjabi da studio hega va sadi utthe vi ek team run karde ne te main darshakan nu dass dena chahwan doctor saab ne dassya jidda ki jehda ki digital media hega ya jidda virtual jehdiyan cheezan hundiyan ne ajkal video calls de upar te unna ne jehde jehde countries de naal aaye ne ਸੋ ਦਰਸ਼ਕੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਹ ਜਿੰਨੇ ਵੀ ਕੰਟਰੀਜ਼ ਦੇ ਡਾਕਟਰ ਸਾਹਿਬ ਨੇ ਨਾਂ ਲਏ ਨੇ ਉਹ ਹਰ ਕੰਟਰੀ ਦੇ ਵਿੱਚ ਜਸ ਪਰਿਵਾਰ ਜਸ ਪੰਜਾਬੀ ਦੇ ਸ਼ੋਅਜ਼ ਚੱਲਦੇ ਨੇ ਜਸ ਪੰਜਾਬੀ ਟੈਲੀਕਾਸਟ ਹੁੰਦਾ ਆ ਸੇ ਤੁਸੀਂ ਵੀ ਉਹ ਉਸ ਚੀਜ਼ ਦਾ ਹਿੱਸਾ ਬਣ ਸਕਦੇ ਹੋ ਕਿਉਂਕਿ ਇੱਕ ਜਿਹੜਾ ਮੀਡੀਆ ਹੈਗਾ ਵਾ ਜਿਸ ਤਰ੍ਹਾਂ ਕਿ ਜਸ ਪੰਜਾਬੀ ਦੀ ਆਪਾਂ ਗੱਲ ਕਰਦੇ ਹਾਂ ਜਿੱਥੇ ਅਸੀਂ ਆਪਣੀ 14ਵੀਂ ਵਰ੍ਹੇਗੰਢ ਵੀ ਮਨਾ ਰਹੇ ਹਾਂ ਇਸ ਮਹੀਨੇ ਤਾਂ ਉਸ ਦੇ ਵਿੱਚ ਸਾਡੇ ਨਾਲ ਇੱਦਾਂ ਦੇ ਵਧੀਆ ਵਧੀਆ ਮਹਿਮਾਨ ਸਾਡੇ ਨਾਲ ਜੁੜਦੇ ਨੇ ਅਤੇ ਜਿਹਦੇ ਨਾਲ ਅਸੀਂ ਜਿੱਥੇ ਅਸੀਂ ਕਮਰਸ਼ੀਅਲੀ ਬਹੁਤ ਕੁਝ ਕਰਦੇ ਹਾਂ ਤਾਂ ਉੱਥੇ ਜਿੱਥੇ ਸੇਵਾ ਦੀ ਗੱਲ ਆਉਂਦੀ ਆ ਉਹ ਵੀ ਕਰਦੇ ਹਾਂ ਸੋ ਦਰਸ਼ਕੋ ਜੇ ਤੁਸੀਂ ਵੀ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਸਾਨੂੰ ਬ੍ਰੇਕ ਜ਼ਰੂਰ ਲੈਣੀ ਪੈਂਦੀ ਆ ਦਰਸ਼ਕੋ ਸੋ ਵਿਹੜਾ 'ਚੋਂ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸਤਿ ਸ਼੍ਰੀ ਅਕਾਲ ਦਰਸ਼ਕੋ ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਕਾਰੋਬਾਰ ਪੰਜਾਬੀਆਂ ਦੇ ਵਿੱਚ ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਤੁਹਾਡੇ ਨਾਲ ਅਸੀਂ ਜੁੜੇ ਹਾਂ ਅਤੇ ਜੇ ਤੁਸੀਂ ਵੀ ਸਾਡੇ ਕਿਸੇ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਅਤੇ ਚੱਲ ਰਹੇ ਲਾਈਵ ਸ਼ੋਅ ਦੇ ਵਿੱਚ ਜੇ ਤੁਸੀਂ ਸਾਡੇ ਨਾਲ ਜਾਂ ਸਾਡੇ ਮਹਿਮਾਨ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਬੇਝਿਜਕ ਕਾਲ ਕਰ ਸਕਦੇ ਹੋ ਤੁਹਾਡੇ ਥੱਲੇ ਲਿਖੇ ਨੰਬਰ ਦੇ ਉੱਪਰ ਤੁਹਾਡਾ ਕੋਈ ਵੀ ਸਵਾਲ ਹੈ ਉਹਦਾ ਜ਼ਰੂਰ ਜਵਾਬ ਮਿਲੇਗਾ ਸੋ ਦਰਸ਼ਕੋ ਸਾਡੇ ਨਾਲ ਜਿਹੜੇ ਅੱਜ ਦੇ ਸਾਡੇ ਮਹਿਮਾਨ ਜੁੜੇ ਨੇ ਡਾਕਟਰ ਜਸਬੀਰ ਸਿੰਘ ਸਵਾਗਤ ਹੈ ਜੀ ਤੁਹਾਡਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਥੈਂਕ ਯੂ ਨਿਕ ਜੀ ਤੇ ਆਪਾਂ ਗੱਲ ਕਰ ਰਹੇ ਸੀਗੇ ਮੈਂਟਲ ਹੈਲਥ ਦੀਆਂ ਜੀ ਸਰ ਤੇ ਮੇਰੀ ਜਰਨੀ ਦੀ ਆਪਾਂ ਗੱਲ ਕਰ ਰਹੇ ਸੀਗੇ ਕਿ ਉਸ ਤੋਂ ਬਾਅਦ ਜਿਵੇਂ ਇੱਕ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਅਸੀਂ ਸ਼ੁਰੂ ਕੀਤੀ ਹੈ ਅਮਰੀਕਾ ਦੇ ਵਿੱਚ ਜਦੋਂ ਮੈਂ ਇੱਥੇ ਆਇਆ ਤਾਂ ਮੈਨੂੰ ਲੱਗਿਆ ਕਿ ਕਮਿਊਨਿਟੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਕਰਨ ਵਾਲੀਆਂ ਹੈ ਕਿ ਸਾਡੇ ਇੱਥੇ ਦੇ ਨੌਜਵਾਨ ਬੱਚੇ ਯੂਥ ਸਾਡਾ ਕਈ ਵਾਰ ਦੇਖਦੇ ਹਾਂ ਵੀ ਸਾਨੂੰ ਕਾਲਾਂ ਵੀ ਆਉਂਦੀਆਂ ਗੁਰਦੁਆਰਿਆਂ ਤੋਂ ਕਾਲਸ ਆਉਣੀਆਂ ਕਮਿਊਨਿਟੀ ਦੇ ਮੈਂਬਰਸ ਦੀਆਂ ਕਾਲਸ ਆਉਣੀਆਂ ਕਿ ਜੀ ਸਾਡੇ ਨਾਲੇ ਫੈਮਿਲੀ ਇੱਕ ਹੈ ਨਹੀਂ ਆਈ ਹੈ ਫੈਮਿਲੀ ਨਿਊ ਇਮੀਗ੍ਰੈਂਟਸ ਹੈਗੇ ਹੈ ਵੀ ਐਡਜਸਟਮੈਂਟਸ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਕਿਸੇ ਨੂੰ ਘਰ ਦੇ ਵਿੱਚ ਕੋਈ ਬਜ਼ੁਰਗਾਂ ਨੂੰ ਜਿਵੇਂ ਡਿਪਰੈਸ਼ਨ ਦੀ ਪ੍ਰੋਬਲਮ ਆ ਰਹੀ ਹੈ ਜੀ ਕੋਈ ਗੱਲ ਕਰਨ ਵਾਲਾ ਨਹੀਂ ਹੈ ਸੋ ਬਹੁਤ ਸਾਰੀਆਂ ਚੀਜ਼ਾਂ ਹੈ ਬਟ ਆਪਾਂ ਇੱਕ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਹਦਾ ਨਾਂ ਹੈ ਯਾਰੀ ਇੰਟਰਨੈਸ਼ਨਲ ਜੀ ਮੈਂ ਉਹੀ ਕੁਐਸਚਨ ਇੱਥੇ ਲਿਖ ਕੇ ਰੱਖਿਆ ਸੀਗਾ ਕਿ ਉਹ ਯਾਰੀ ਇੰਟਰਨੈਸ਼ਨਲ ਨੋਨ ਪ੍ਰੋਫਿਟ ਫਾਊਂਡੇਸ਼ਨ ਜਿਹੜੀ ਹੈ ਜਿਸਦੇ ਤੁਸੀਂ ਪ੍ਰੈਜ਼ੀਡੈਂਟ ਹੋ ਉਸ ਦੇ ਬਾਰੇ ਵੀ ਜੀ ਜੀ ਸੋ ਯਾਰੀ ਇੰਟਰਨੈਸ਼ਨਲ
ਫਿਰ ਇੱਥੇ 2015 ਦੇ ਵਿੱਚ ਸ਼ੁਰੂ ਕੀਤੀ ਸੋ ਜਿਹਨੂੰ ਬਹੁਤ ਹੀ ਸੋਹਣਾ ਹੁੰਗਾਰਾ ਮਿਲਿਆ ਸਮਾਜ ਵੱਲੋਂ ਲੋਕਾਂ ਵੱਲੋਂ ਸਾਰੀ ਕਮਿਊਨਿਟੀ ਵੱਲੋਂ ਅਤੇ ਪੂਰੇ ਵਰਲਡ ਓਵਰ ਇਹਦੇ 20,000 ਮੈਂਬਰ ਇਹਦੇ ਨਾਲ ਜੁੜੇ ਬਹੁਤ ਹੀ ਕਮ ਸਮੇਂ ਦੇ ਵਿੱਚ ਅਤੇ ਹੁਣ ਅਸੀਂ ਜਦੋਂ ਵੀ ਮੌਕਾ ਮਿਲਦਾ ਹੈ ਭਾਵੇਂ ਕੈਨੇਡਾ ਹੋਵੇ US ਹੋਵੇ ਇੰਡੀਆ ਹੋਵੇ ਅਤੇ ਇੱਕ ਸਾਡਾ ਚੈਪਟਰ ਫਿਲੀਪੀਨਸ ਦੇ ਵਿੱਚ ਵੀ ਹੈ ਤੋ ਅਸੀਂ ਜਦੋਂ ਵੀ ਮੌਕਾ ਲੱਗਦਾ ਹੈ ਪਰਸਨਲੀ ਇਨ ਪਰਸਨ ਜਾਣ ਦਾ ਉੱਥੇ ਜਾ ਕੇ ਸਕੂਲਸ ਦੇ ਵਿੱਚ ਕਾਲਜਿਸ ਦੇ ਵਿੱਚ ਈਵਨ ਟੀਚਰਸ ਨੂੰ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੂੰ ਅਸੀਂ ਟ੍ਰੇਨ ਕਰਦੇ ਹਾਂ ਕਿ ਤੁਸੀਂ ਕਿਵੇਂ ਯੂਥ ਦੇ ਨਾਲ ਕੰਮ ਕਰਨਾ ਉਹਨਾਂ ਨੂੰ ਕਿਵੇਂ ਟ੍ਰੇਨਿੰਗ ਦੇਣੀ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਆਈਡੈਂਟੀਫਾਈ ਕਰਨੀ ਹੈ ਪ੍ਰੋਬਲਮਸ ਯੂਥ ਦੇ ਵਿੱਚ ਕੀ ਹੈਗੀ ਹੈ ਅਤੇ ਜਦੋਂ ਪ੍ਰੋਬਲਮ ਹੁੰਦੀ ਹੈ ਕੋਈ ਤਾਂ ਉਸ ਚੀਜ਼ ਦੇ ਵਿੱਚ ਇੰਟਰਵੈਂਸ਼ਨ ਕਰਨੀ ਵੱਖਰੀ ਗੱਲ ਹੈ ਬਟ ਆਪਣਾ ਮੇਨ ਮਕਸਦ ਹੈਗਾ ਕਿ ਪ੍ਰੀਵੈਂਸ਼ਨ ਲੈਵਲ 'ਤੇ ਕੰਮ ਕਰੀਏ ਕਿ ਪਹਿਲਾਂ ਹੀ ਉਸ ਚੀਜ਼ ਤੋਂ ਬਚਾਓ ਕਿਵੇਂ ਹੋਵੇ ਕਿ ਉੱਥੇ ਤੱਕ ਗੱਲ ਪਹੁੰਚੇ ਹੀ ਨਾ ਅਤੇ ਉਸ ਚੀਜ਼ ਨੂੰ ਲੈ ਕੇ ਅਸੀਂ ਬਹੁਤ ਇਹਦੇ ਵਿੱਚ ਵੁਮੈਨਸ ਦਾ ਜਿਹੜਾ ਮਹਿਲਾਵਾਂ ਦਾ ਗਰੁੱਪ ਹੈ ਉਹਦੇ ਨਾਲ ਬੱਚਿਆਂ ਦੇ ਨਾਲ ਅਤੇ ਨੌਜਵਾਨਾਂ ਦੇ ਨਾਲ ਅਤੇ ਬਜ਼ੁਰਗਾਂ ਦੇ ਨਾਲ ਕੰਮ ਕਰਦੇ ਹਾਂ ਅਤੇ ਸਾਡੇ ਵਾਲੰਟੀਅਰਸ ਚਾਰੋਂ ਪਾਸੇ ਹੈਗੇ ਅਤੇ ਹੋਰ ਵੀ ਜਿਹੜੇ ਨਵੇਂ ਜੁੜਦੇ ਆ ਉਹਨਾਂ ਨੂੰ ਵੀ ਅਸੀਂ ਟ੍ਰੇਨਿੰਗ ਕਰਦੇ ਹਾਂ ਵੀ ਕਿਸ ਤਰੀਕੇ ਨਾਲ ਤੁਸੀਂ ਗਾਂ ਚੱਲ ਕੇ ਆਪਣੇ ਕਮਿਊਨਿਟੀ ਦੇ ਵਿੱਚ ਸੇਵਾ ਦੇਣੀ ਆ ਜੀ ਆਪਾਂ ਦੇਖਦੇ ਹਾਂ ਡਾਕਟਰ ਸਾਹਿਬ ਕਿ ਜਿੱਥੇ ਜਿਹੜੀਆਂ ਆਪਣੀਆਂ ਪ੍ਰੋਬਲਮਸ ਸਭ ਤੋਂ ਜ਼ਿਆਦੀਆਂ ਹੈਗੀਆਂ ਨੇ ਕਿ ਬਰਦਾਸ਼ਤ ਜਿਹੜਾ ਕਰਨਾ ਉਹ ਲੋਕ ਭੁੱਲ ਗਏ ਆ ਗੁੱਸਾ ਇੱਕਦਮ ਆਪਾਂ ਦੇਖਦੇ ਹਾਂ ਆ ਜਾਂਦਾ ਆ ਅਤੇ ਲੜਨ ਨੂੰ ਫਿਰਦਾ ਬੰਦਾ ਲਾਈਕ ਕਿ ਆਲਵੇਜ ਰੈਡੀ ਟੂ ਫਾਈਟ ਹੈ ਨਾ ਉਹ ਜਿਹੜੀਆਂ ਚੀਜ਼ਾਂ ਬਹੁਤ ਅੱਜ ਕੱਲ੍ਹ ਦੇਖਣ ਨੂੰ ਆ ਰਹੀਆਂ ਨੇ ਉਸ ਦਾ ਕੀ ਕਾਰਨ ਆ ਨਿੱਕ ਜੀ ਇਸ ਤੋਂ ਵੀ ਪਹਿਲਾਂ ਮੈਂ ਥੋੜ੍ਹਾ ਜਿਹਾ ਪਿੱਛੇ ਜਾਵਾਂਗਾ ਕਿ ਅੱਜ ਮੈਂਟਲ ਹੈਲਥ ਨੂੰ ਦੇ ਬਾਰੇ ਗੱਲ ਕਰਨੀ ਜ਼ਰੂਰੀ ਕਿਉਂ ਹੈ ਜੀ ਵਾਈ ਇਟ ਇਜ਼ ਰੀਲੀ ਇੰਪੋਰਟੈਂਟ ਟੂ ਟਾਕ ਅਬਾਊਟ ਮੈਂਟਲ ਹੈਲਥ ਜੀ ਕਿਉਂਕਿ ਆਪਣੀ ਕਮਿਊਨਿਟੀ ਦੇ ਵਿੱਚ ਜਿੰਨਾ ਕੁ ਮੈਂ ਦੇਖਿਆ ਬਹੁਤ ਲੋਕਾਂ ਦੇ ਨਾਲ ਮੈਂ ਕੰਮ ਕਰ ਚੁੱਕਿਆ ਅਤੇ ਆਈ ਥਿੰਕ ਆਲਮੋਸਟ 15,000 ਤੋਂ ਜ਼ਿਆਦਾ ਤਾਂ ਮੈਂ ਨਸ਼ਿਆਂ ਵਾਲੇ ਬੰਦਿਆਂ ਨਾਲ ਕੰਮ ਕਰ ਚੁੱਕਿਆ ਸੋ ਆਪਣੀ ਕਮਿਊਨਿਟੀ ਦੇ ਵਿੱਚ ਮੈਨੂੰ ਕਾਲ ਜਦੋਂ ਆਉਂਦੀਆਂ ਕਿਤੇ ਦੂਰੋਂ ਦੂਰੋਂ ਅਤੇ ਮੈਂ ਉਹਨਾਂ ਨੂੰ ਅਕਸਰ ਪੁੱਛਦਾ ਵੀ ਤੁਸੀਂ ਮੈਨੂੰ ਇੰਨੀ ਦੂਰੋਂ ਕਾਲ ਕਰ ਰਹੇ ਹੋ ਤੁਹਾਡਾ ਲੋਕਲ ਕੋਈ ਡਾਕਟਰ ਨਹੀਂ ਹੈ ਜੀ ਕਹਿੰਦੇ ਜੀ ਲੋਕਲ ਡਾਕਟਰ ਤਾਂ ਹੈ ਬਟ ਅਸੀਂ ਉਹਨੂੰ ਮਿਲਣਾ ਨਹੀਂ ਚਾਹੁੰਦੇ ਕਿਉਂਕਿ ਜੇ ਕਿਸੇ ਨੂੰ ਪਤਾ ਲੱਗਿਆ ਤਾਂ ਕੀ ਬਣੂਗਾ ਦੱਸਣਾ ਨਹੀਂ ਚਾਹੁੰਦੇ ਵੀ ਬਾਹਰ ਕਿਸੇ ਨੂੰ ਪਤਾ ਲੱਗੇ ਕਿ ਸਾਡੀ ਪ੍ਰੋਬਲਮ ਕੀ ਹੈ ਭਾਵੇਂ ਉਹ ਕਿਸੇ ਬੱਚੇ ਦੀ ਡਰੱਗਸ ਦੀ ਪ੍ਰੋਬਲਮ ਹੋਵੇ ਜਾਂ ਕਿਸੇ ਨੂੰ ਮਾਨਸਿਕ ਜਿਹੜਾ ਤਣਾਅ ਹੁੰਦਾ ਹੈ ਸਟ੍ਰੈਸ ਜਿਹਨੂੰ ਕਹਿੰਦੇ ਹਾਂ ਆਪਾਂ ਉਹ ਹੋਵੇ ਜਾਂ ਕਿਸੇ ਨੂੰ ਉੱਦਾਂ ਕੋਈ ਐਨਜਾਇਟੀ ਇਸ਼ੂਜ਼ ਹੋਣ ਜਾਂ ਕਿਸੇ ਨੂੰ ਡਿਪਰੈਸ਼ਨ ਦੀ ਕੋਈ ਕੋਈ ਵੀ ਦਿਮਾਗੀ ਤੌਰ 'ਤੇ ਕੋਈ ਵੀ ਪ੍ਰੋਬਲਮ ਹੁੰਦੀ ਹੈ ਅਤੇ ਉਸ ਚੀਜ਼ ਨੂੰ ਲੈ ਕੇ ਆਪਣੀ ਕਮਿਊਨਿਟੀ ਦੇ ਵਿੱਚ ਇੱਕ ਬਹੁਤ ਵੱਡੀ ਹੈਜੀਟੇਸ਼ਨ ਹੈ ਇੱਕ ਝਾਕਾ ਹੈ ਬਹੁਤ ਵੱਡਾ ਕਿ ਅਸੀਂ ਕਿਸੇ ਨੂੰ ਦੱਸਣਾ ਨਹੀਂ ਅਤੇ ਕੋਸ਼ਿਸ਼ ਕਰਦੇ ਹਾਂ ਆਪਣੇ ਜਿਵੇਂ ਫਰੈਂਡ ਸਰਕਲ ਦੇ ਨਾਲ ਗੱਲਬਾਤ ਕਰਕੇ ਜਾਂ ਆਪਣੀ ਫੈਮਿਲੀ ਮੈਂਬਰਸ ਦੇ ਨਾਲ ਗੱਲਬਾਤ ਕਰਕੇ ਉਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਈ ਵਾਰ ਚੀਜ਼ਾਂ ਇੰਨੀ ਡੂੰਘੀਆਂ ਹੁੰਦੀਆਂ ਇੰਨੀ ਸੀਰੀਅਸ ਹੁੰਦੀਆਂ ਕਿ ਤੁਸੀਂ ਤੁਹਾਨੂੰ ਪ੍ਰੋਫੈਸ਼ਨਲ ਹੈਲਪ ਲੈਣੀ ਹੀ ਪੈਂਦੀ ਹੈ ਤੁਸੀਂ ਜੇ ਨਹੀਂ ਲੈਂਦੇ ਉਹ ਹੈਲਪ ਤਾਂ ਬਹੁਤ ਟਾਈਮ ਲੰਘ ਜਾਂਦਾ ਹੈ ਉਹ ਪ੍ਰੋਬਲਮ ਪੁਰਾਣੀ ਹੋ ਜਾਂਦੀ ਹੈ ਫਿਰ ਅਲਟੀਮੇਟਲੀ ਇੱਕ ਦਿਨ ਇੱਦਾਂ ਦਾ ਆਉਂਦਾ ਕਿ ਵੀ ਲੋਕਾਂ ਨੂੰ ਪਤਾ ਲੱਗਣਾ ਹੀ ਹੈ ਕਿਉਂਕਿ ਜਦੋਂ ਤੁਸੀਂ ਨੋਰਮਲ ਫੀਲ ਨਹੀਂ ਕਰਦੇ ਠੀਕ ਫੀਲ ਨਹੀਂ ਕਰਦੇ ਤਾਂ ਫਿਰ ਬਾਹਰ ਲੋਕਾਂ ਨੇ ਪੁੱਛਣਾ ਹੀ ਵੀ ਕੁਛ ਗੜਬੜ ਹੈ ਕੋਈ ਠੀਕ ਨਹੀਂ ਲੱਗ ਰਹੀਆਂ ਚੀਜ਼ਾਂ ਅਤੇ ਇੱਕ ਹੋਰ ਵੱਡੀ ਜਿਹੜੀ ਪ੍ਰੋਬਲਮ ਦੇਖਣ 'ਚ ਆਈ ਹੈ ਉਹ ਹੈ ਕਿ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਇੱਦਾਂ ਦੀ ਆਉਂਦੀ ਹੈ ਅਤੇ ਆਪਣੇ ਲੋਕ ਕਈ ਵਾਰ ਕੀ ਕਰਦੇ ਕਿ ਵੀ ਜੇ ਮੁੰਡਾ ਹੈ ਵੀ ਚਲੋ ਮੁੰਡੇ ਦਾ ਵਿਆਹ ਕਰ ਦਿੰਦਾ ਸ਼ਾਇਦ ਵਿਆਹ ਤੋਂ ਬਾਅਦ ਠੀਕ ਹੋ ਜਾਵੇ ਜੀ ਇੱਕ ਬੜਾ ਨੋਰਮਲ ਜਿਹੀਆਂ ਚੀਜ਼ਾਂ ਹੈ ਮੇਰੇ ਸਾਹਮਣੇ ਰੋਜ਼ ਆਉਂਦੀਆਂ ਜੀ ਜੀ ਵੀ ਵਿਆਹ ਕਰ ਦਿੰਦੇ ਇਹਦਾ ਠੀਕ ਹੋ ਜਾਊਗਾ ਉਹਦੀ ਪ੍ਰੋਬਲਮ ਵਿਆਹ ਦੀ ਨਹੀਂ ਹੈ ਅਤੇ ਇਸ ਕਰਕੇ ਇਟਸ ਵੈਰੀ ਇੰਪੋਰਟੈਂਟ ਕਿ ਆਪਣੀ ਕਮਿਊਨਿਟੀ ਦੇ ਵਿੱਚ ਇਹ ਅਵੇਅਰਨੈਸ ਜਨਰੇਟ ਕਰਨੀ ਜ਼ਰੂਰੀ ਹੈ ਕਿ ਮੈਂਟਲ ਹੈਲਥ ਓਨੀ ਹੀ ਜ਼ਿਆਦਾ ਜ਼ਰੂਰੀ ਹੈ ਜਿੰਨੀ ਕਿ ਫਿਜੀਕਲ ਹੈਲਥ ਜੀ ਕਿਉਂਕਿ ਬਹੁਤ ਮੈਜੋਰਿਟੀ ਆਫ ਦ ਕੇਸਿਸ ਦੇ ਵਿੱਚ ਕੀ ਹੁੰਦਾ ਕਿ ਤੁਹਾਡੀ ਦਿਮਾਗੀ ਹਿਸਾਬ ਕਿਤਾਬ ਤੋਂ ਦਿਮਾਗੀ ਤਰੀਕੇ ਤੋਂ ਕੋਈ ਪ੍ਰੋਬਲਮ ਸ਼ੁਰੂ ਹੋ ਕੇ ਹੀ ਤੁਹਾਡੀ ਅੱਗੇ ਜਾ ਕੇ ਕੋਈ ਫਿਜੀਕਲ ਪ੍ਰੋਬਲਮ ਬਣਦੀ ਹੈ ਜੀ ਕਿਸੇ ਨੂੰ ਬੁਖਾਰ ਹੁੰਦਾ ਹੈ ਕਿਸੇ ਨੂੰ
ਸਿਰ ਦਰਦ ਰਹਿੰਦਾ, ਕਿਸੇ ਨੂੰ ਸ਼ਾਮ ਨੂੰ ਜਾ ਕੇ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹਰ ਰੋਜ਼, ਹੈਵੀਨੈਸ ਹੁੰਦੀ ਹੈ, ਹੱਥਾਂ ਪੈਰਾਂ 'ਚ ਪਸੀਨਾ ਆਉਂਦਾ ਹੈ, ਹੱਥ ਪੈਰ ਠੰਡੇ ਹੋ ਜਾਂਦੇ ਹੈ, ਸਰੀਰ 'ਚ ਇੱਦਾਂ ਕੰਬਣੀ ਚੜ੍ਹਦੀ ਹੈ, ਅਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਸਿਮਟਮਸ ਹੋ ਸਕਦੇ, ਹਰੇਕ ਸਰੀਰ ਦਾ ਆਪਣਾ ਵੱਖਰਾ ਹਿਸਾਬ ਕਿਤਾਬ ਹੈ। ਤਾਂ ਇਹਨਾਂ ਚੀਜ਼ਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਅਤੇ ਜਿਵੇਂ ਤੁਹਾਨੂੰ ਕਿਸੇ ਨੂੰ ਬੁਖਾਰ ਹੁੰਦਾ ਹੈ, ਜੀ, ਉਹ ਬੁਖਾਰ ਲਈ ਉਹ ਡਾਕਟਰ ਕੋਲ ਜਾਂਦਾ, ਡਾਕਟਰ ਨੂੰ ਦਵਾਈ ਦੇ ਦਿੰਦਾ ਹੈ, ਇੰਜੈਕਸ਼ਨ ਲਗਾ ਦਿੰਦਾ, ਉਹ ਠੀਕ ਹੋ ਜਾਂਦਾ ਹੈ। ਉੱਥੇ ਆਪਾਂ ਨੂੰ ਸੰਗ ਨਹੀਂ ਲੱਗਦੀ ਕਿ ਡਾਕਟਰ ਦੇ ਕੋਲ ਕੋਈ ਬੈਠੇ ਨੂੰ ਦੇਖ ਲੂਗਾ ਤਾਂ ਕੀ ਕਹੂਗਾ। ਜਦੋਂ ਦਿਮਾਗੀ ਬਿਮਾਰੀ ਦੀ ਕੋਈ ਗੱਲ ਆਉਂਦੀ ਹੈ, ਤੇ ਉਹਨਾਂ ਨੂੰ ਫਿਰ ਇਸ ਗੱਲ ਪਿੱਛੇ ਲੱਗਦਾ ਕਿ ਜੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਹ ਕੀ ਸੋਚਣਗੇ ਕਿ ਵੀ ਇਹਦੀ ਦਿਮਾਗੀ ਤੌਰ ਤੇ ਕੋਈ ਪ੍ਰੋਬਲਮ ਹੋ ਗਈ। ਇਹ ਸ਼ਰਮ ਵਾਲੀ ਗੱਲ ਨਹੀਂ ਹੈ, ਕਿਉਂਕਿ ਕੋਈ ਬੰਦਾ ਮੈਨੂੰ ਇੱਦਾਂ ਦਾ ਦੱਸੋ ਆਪਣੀ ਜ਼ਿੰਦਗੀ ਦੇ ਵਿੱਚ, ਜਾਂ ਜਿੰਨੇ ਵੀ ਮੇਰੀ ਗੱਲ ਨੂੰ ਸੁਣ ਰਹੇ ਹੋਣੇ ਅੱਜ ਤੁਹਾਡੇ ਸ਼ੋਅ ਦੇ ਮਾਧਿਅਮ ਤੋਂ, ਵੀ ਮੈਨੂੰ ਇਹ ਦੱਸਣ ਕਿ ਕੋਈ ਇੱਦਾਂ ਦਾ ਇਨਸਾਨ ਕਿ ਜਿਹੜਾ ਇਹ ਕਹੇ ਕਿ ਵੀ ਮੈਨੂੰ ਅੱਜ ਤੱਕ ਕਦੇ ਕੋਈ ਚਿੰਤਾ ਨਹੀਂ ਹੋਈ ਜੀ, ਜਾਂ ਮੈਨੂੰ ਕੋਈ ਸਟ੍ਰੈਸ ਨਹੀਂ ਹੋਇਆ ਜੀ। ਸਟ੍ਰੈਸ ਭਾਵੇਂ ਉਹ ਆਪਣੀ ਪਰਸਨਲ ਲਾਈਫ ਦਾ ਹੋਵੇ ਜੀ, ਭਾਵੇਂ ਆਪਣੀ ਪੜ੍ਹਾਈ ਲਿਖਾਈ ਦਾ ਹੋਵੇ, ਭਾਵੇਂ ਆਪਣੇ ਬਿਜ਼ਨਸ ਦਾ ਹੋਵੇ, ਆਪਣੀ ਨੌਕਰੀ ਦਾ ਹੋਵੇ, ਜਾਂ ਆਪਣੇ ਮਾਈਗ੍ਰੇਸ਼ਨ ਦਾ ਹੋਵੇ ਜੀ, ਜਾਂ ਆਪਣੀ ਫੈਮਿਲੀ ਨੂੰ ਲੈ ਕੇ, ਆਪਣੀ ਬੀਵੀ ਬੱਚਿਆਂ ਨੂੰ ਲੈ ਕੇ ਹੋਵੇ, ਆਪਣੇ ਬਜ਼ੁਰਗਾਂ ਨੂੰ ਲੈ ਕੇ ਹੋਵੇ ਜੀ, ਅੱਗਾਂ ਕਿਵੇਂ ਕੰਮ ਚੱਲੂਗਾ। ਹੁਣ ਤੁਸੀਂ ਕਰੋਨਾ ਦੀ ਗੱਲ ਕੀਤੀ ਜੀ, ਕਿਸੇ ਨੂੰ ਨਹੀਂ ਪਤਾ ਸੀਗਾ ਸਾਲ ਪਹਿਲਾਂ ਕਿ ਕੋਈ ਕਰੋਨਾ ਦੀ ਮਹਾਮਾਰੀ ਆਉਣੀ ਹੈ ਜੀ। ਹਜ਼ਾਰਾਂ ਲੱਖਾਂ ਬਿਜ਼ਨਸ ਬੰਦ ਹੋਏ, ਬਥੇਰੇ ਲੋਕਾਂ ਨੇ, ਕਿਸੇ ਨੇ ਨਵਾਂ ਰੈਸਟੋਰੈਂਟ ਖੋਲਿਆ, ਅਚਾਨਕ ਇੱਕਦਮ ਬੰਦ ਕਰਨਾ ਪੈ ਗਿਆ, ਤੇ ਕਿਸੇ ਨੂੰ ਨਹੀਂ ਪਤਾ ਸੀਗਾ। ਇੰਨੀ ਇਨਵੈਸਟਮੈਂਟ ਲੋਕਾਂ ਨੇ ਕੀਤੀ, ਪੈਸੇ ਖਰਚ ਕੀਤੇ, ਲੇਕਿਨ ਬਿਜ਼ਨਸ ਸ਼ਟ ਡਾਊਨ ਹੋ ਗਏ, ਲੋਕਡਾਊਨ ਹੋ ਗਿਆ ਸਾਰਾ ਕੁਝ। ਤੋ ਇਹ ਚੀਜ਼ਾਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਫਾਈਨੈਂਸ਼ਲੀ ਵੀਕ ਵੀ ਕੀਤਾ, ਤੇ ਪ੍ਰੈਸ਼ਰ ਵੀ ਪਿਆ, ਚਿੰਤਾ ਵੀ ਹੋਈ, ਘਰ ਬਾਏ ਕੀਤਾ, ਪੇਮੈਂਟ ਕਿਵੇਂ ਜਾਣਗੀਆਂ, ਸੋ ਬਈ ਬੱਚਿਆਂ ਦੇ ਖਰਚੇ ਕਿਵੇਂ ਹੋਣੇ ਆ, ਜਾਂ ਅਗਾਂਹ ਕੋਈ ਹੋਰ ਖਰਚਾ ਕਿਸੇ ਨੇ, ਮਤਲਬ ਫਾਈਨੈਂਸ਼ਲੀ ਤੌਰ ਤੇ ਜਾਂ ਕਿਸੇ ਘਰ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਚੱਲ ਰਹੀ, ਕੋਈ ਬਿਮਾਰੀ ਚੱਲ ਰਹੀ ਹੈ ਲੌਂਗ ਟਰਮ, ਤੋ ਕੋਈ ਇਨਸਾਨ ਇੱਦਾਂ ਦਾ ਨਹੀਂ ਹੈ ਨੋਰਮਲ ਲਾਈਫ ਦੇ ਵਿੱਚ ਜਿਹਨੂੰ ਕਿਤੇ ਕੋਈ ਦਿਮਾਗੀ ਤੌਰ ਤੇ ਪਰੇਸ਼ਾਨੀ ਨਾ ਆਵੇ ਜੀ। ਬਟ ਕਈ ਲੋਕੀ, ਕਈ ਜਣਿਆਂ 'ਚ ਮਤਲਬ ਇਹ ਹੁੰਦਾ ਕਿ ਵੀ ਉਹਨਾਂ ਦੇ ਵਿੱਚ ਇਹ ਕੋਈ ਕੌਨਫੀਡੈਂਸ ਇੱਦਾਂ ਦਾ ਹੁੰਦਾ ਕਿ ਉਹਨਾਂ ਨੂੰ ਕੰਟਰੋਲ ਕਰਦੇ ਆ, ਉਹਨਾਂ ਨੂੰ ਹੈਂਡਲ ਵਧੀਆ ਤਰੀਕੇ ਨਾਲ ਹੈਂਡਲ ਕਰ ਲੈਂਦੇ ਆ ਜੀ। ਲੇਕਿਨ ਬਹੁਤ ਸਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਉਹਨੂੰ ਹੈਂਡਲ ਕਿਵੇਂ ਕਰਨਾ ਹੈ ਜੀ, ਕਿਉਂਕਿ ਆਪਾਂ ਸਟ੍ਰੈਸ ਨੂੰ ਕੰਟਰੋਲ ਨਹੀਂ ਕਰ ਸਕਦੇ ਵੀ ਬਾਹਰੋਂ ਸਟ੍ਰੈਸ ਕਿਵੇਂ ਆਉਣਾ। ਮੈਂ ਇੱਥੇ ਦੇਖਿਆ ਬਹੁਤ ਥਾਂ ਥਾਂ ਤੇ, ਤੁਸੀਂ ਵੀ ਸੋਚਿਆ ਦੇਖਿਆ ਹੋਊਗਾ ਯੂਟਿਊਬ ਦੇ ਵਿੱਚ ਜਾਂ ਗੂਗਲ ਦੇ ਵਿੱਚ ਕਰਕੇ ਦੇਖੋ, ਸਟ੍ਰੈਸ ਮੈਨੇਜਮੈਂਟ, ਸਟ੍ਰੈਸ ਮੈਨੇਜਮੈਂਟ। ਆਪਾਂ ਨੂੰ ਸਟ੍ਰੈਸ ਨੂੰ ਮੈਨੇਜ ਕਰਨ ਦੀ ਲੋੜ ਨਹੀਂ ਹੈ, ਆਪਾਂ ਨੂੰ ਆਪਣੀ ਇਮੋਸ਼ਨਸ ਨੂੰ ਮੈਨੇਜ ਕਰਨ ਦੀ ਲੋੜ ਹੈ ਕਿ ਆਪਾਂ ਜਦੋਂ ਕੋਈ ਸਟ੍ਰੈਸ ਆਪਣੇ ਸਾਹਮਣੇ ਆਉਂਦਾ ਤੇ ਉਹਨੂੰ ਰਿਸਪੋਂਸ ਕਿਵੇਂ ਕਰਨਾ, ਉਹਨੂੰ ਹੈਂਡਲ ਕਿਵੇਂ ਕਰਨਾ, ਆਪਣੇ ਆਪ ਤੇ ਕੰਮ ਕਰਨ ਦੀ ਲੋੜ ਹੈ, ਨਾ ਕਿ ਸਟ੍ਰੈਸ ਤੇ। ਉਹਨੂੰ ਤਾਂ ਤੁਸੀਂ ਕੰਟਰੋਲ ਨਹੀਂ ਕਰ ਸਕਦੇ, ਜਿਹੜੀ ਬਾਹਰੀ ਚੀਜ਼ਾਂ ਹੈਗੀਆਂ, ਬਾਹਰੀ ਸਿਚੁਏਸ਼ਨਸ ਲਾਈਫ ਦੇ ਵਿੱਚ ਆਉਂਦੀਆਂ, ਉਹਨਾਂ ਨੂੰ ਆਪਾਂ ਕੰਟਰੋਲ ਨਹੀਂ ਕਰ ਸਕਦੇ। ਇਸ ਕਰਕੇ ਕਮਿਊਨਿਟੀ ਦੇ ਵਿੱਚ ਇਹ ਮੈਸੇਜ ਤੇ ਇਹ ਅਵੇਅਰਨੈਸ ਆਣੀ ਬਹੁਤ ਜ਼ਰੂਰੀ ਹੈ। ਜਿਵੇਂ ਤੁਸੀਂ ਬਿਮਾਰ ਹੁੰਦੇ ਡਾਕਟਰ ਕੋਲ ਜਾਂਦੇ ਹੋ, ਉਸੇ ਤਰੀਕੇ ਨਾਲ ਜੇ ਕੋਈ ਦਿਮਾਗੀ ਕੋਈ ਤਣਾਅ ਪੈਦਾ ਹੁੰਦਾ ਹੈ, ਕੋਈ ਉਦਾਸੀ ਜੇ ਛਾਂਦੀ ਹੈ, ਕੋਈ ਘਬਰਾਹਟ ਹੁੰਦੀ ਹੈ ਕਿਸੇ ਨੂੰ, ਤਾਂ ਉਸੇ ਹਿਸਾਬ ਨਾਲ ਮੈਂਟਲ ਹੈਲਥ ਦੇ ਜਿਹੜੇ ਐਕਸਪਰਟਸ ਹੈਗੇ ਆ ਉਹਨਾਂ ਕੋਲ ਜਾਣਾ ਜ਼ਰੂਰੀ ਹੈ ਜੀ। ਤੇ ਉਹਦੇ ਵਿੱਚ ਸੰਗਣ ਦੀ ਲੋੜ ਨਹੀਂ ਹੁੰਦੀ ਕਿ ਵੀ ਨਾ ਹੀ ਇਹ ਸੋਚਣ ਦੀ ਲੋੜ ਹੁੰਦੀ ਕਿ ਕੌਣ ਕੀ ਕਹੂਗਾ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ। ਕਿਸੇ ਦਾ ਮੈਨੂੰ ਕਾਲ ਆਈ ਕਿ ਉਹ ਮੈਨੂੰ ਕਹਿੰਦੇ ਕਿ ਜੀ ਸਾਡਾ ਮੁੰਡਾ ਪਿਛਲੇ 4 ਸਾਲਾਂ ਤੋਂ ਬੜਾ ਪਰੇਸ਼ਾਨੀ 'ਚ ਹੈ ਜੀ, ਉਹਦੀ ਕੋਈ ਹੈਲਪ ਕਰੋ। ਮੈਂ ਕਿਹਾ ਜੀ ਤੁਸੀਂ ਕਿਸੇ ਲੋਕਲ ਡਾਕਟਰ ਨੂੰ ਮਿਲੋ। ਕਹਿੰਦੇ ਜੀ ਉੱਥੇ ਅਸੀਂ ਜਾਣਾ ਨਹੀਂ ਚਾਹੁੰਦੇ, ਵੀ ਕੱਲ੍ਹ ਨੂੰ ਜੇ ਪਤਾ ਲੱਗਿਆ ਕਿਸੇ ਨੂੰ ਤਾਂ ਉਹਦਾ ਵਿਆਹ ਕਿਵੇਂ ਹੋਊਗਾ ਫਿਰ ਅੱਗੇ ਚੱਲ ਕੇ। ਸੋ ਮੈਂ ਕਿਹਾ ਜੀ ਤੁਸੀਂ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹੋ ਕਿ ਵੀ ਜੀ ਡਾਕਟਰ ਸਾਹਿਬ, ਗੱਲਬਾਤ ਇਸੇ ਤਰ੍ਹਾਂ ਰੱਖਾਂਗੇ ਆਪਾਂ ਜਾਰੀ। ਸੋ ਦਰਸ਼ਕੋ, ਤੁਸੀਂ ਵੀ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਬਹੁਤ ਹੀ ਨੌਲੇਜ ਵਾਲੀਆਂ ਗੱਲਾਂ ਨੇ ਜਿਹੜੀਆਂ ਡਾਕਟਰ ਸਾਹਿਬ ਤੁਹਾਡੇ ਲਈ ਲੈ ਕੇ ਆਏ ਨੇ। ਸਪੈਸ਼ਲ ਇਹਨਾਂ ਨੂੰ ਅਸੀਂ ਤੁਹਾਡੇ ਲਈ ਅੱਜ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਏ ਹਾਂ, ਕਿਉਂਕਿ ਸਾਡੀ ਜਿਹੜੀ 14ਵੀਂ ਵਰ੍ਹੇਗੰਢ ਹੈ ਉਸ ਦੇ ਵਿੱਚ ਅਸੀਂ ਵਧੀਆ ਤੋਂ ਵਧੀਆ, ਹੋਰ ਵੀ ਵਧੀਆ ਪ੍ਰੋਗਰਾਮ, ਹੋਰ ਵੀ ਵਧੀਆ ਮਹਿਮਾਨ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ, ਕਿਉਂਕਿ ਤੁਹਾਡਾ ਪਿਆਰ ਮਿਲਦਾ ਹੈ, ਤੁਹਾਡਾ ਆਸ਼ੀਰਵਾਦ ਮਿਲਦਾ ਆ। ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦਰਸ਼ਕੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਕਾਰੋਬਾਰ ਪੰਜਾਬੀਆਂ ਦੇ ਵਿੱਚ। ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਤੁਹਾਡੇ ਨਾਲ ਅਸੀਂ ਜੁੜੇ ਹਾਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ।
ਤੇ ਜੇ ਤੁਸੀਂ ਵੀ ਸਾਡੇ ਕਿਸੇ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤੁਹਾਡਾ ਕੋਈ ਵੀ ਬਿਜ਼ਨਸ ਹੈ, ਕੋਈ ਵੀ ਈਵੈਂਟ ਹੈ, ਜਾਂ ਕਿਸੇ ਵੀ ਤਰੀਕੇ ਦਾ ਤੁਹਾਡੇ ਵਿੱਚ ਕੋਈ ਟੈਲੈਂਟ ਹੈਗਾ ਵਾ, ਤੁਸੀਂ ਪੂਰੀ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਹੋ, ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਸਾਡੇ ਨਾਲ ਜੁੜ ਸਕਦੇ ਹੋ nick@justbroadcasting.com ਦੇ ਉੱਪਰ, ਜਾਂ ਫਿਰ info@justbroadcasting.com ਦੇ ਉੱਪਰ। ਤੇ ਚੱਲ ਰਹੇ ਲਾਈਵ ਸ਼ੋਅ ਦੇ ਵਿੱਚ ਜੇ ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਜਿੱਦਾਂ ਅੱਜ ਦੇ ਸਾਡੇ ਮਹਿਮਾਨ ਨੇ, ਜੇ ਉਹਨਾਂ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਜ਼ਰੂਰ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ। ਸੋ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਫਿਰ ਇੱਕ ਵਾਰ ਬ੍ਰੇਕ ਤੋਂ ਬਾਅਦ। ਹਾਂਜੀ, ਥੈਂਕ ਯੂ ਨਿਕ ਜੀ। ਹਾਂਜੀ, ਮੈਂ ਤੁਹਾਡੀ ਗੱਲ ਕਰਤੀ ਸੀ, ਪਲੀਜ਼ ਕੰਟੀਨਿਊ। ਹਾਂਜੀ, ਜਿਵੇਂ ਤੁਹਾਡੇ ਪ੍ਰੋਗਰਾਮ ਦਾ ਨਾਂ ਹੈ ਵੀ ਕਾਰੋਬਾਰ ਪੰਜਾਬੀਆਂ ਦੇ, ਮੈਂ ਉਸੇ ਚੀਜ਼ ਦੇ ਵਿੱਚ ਇੱਕ ਗੱਲ ਕਹਿਣਾ ਚਾਹਾਂਗਾ ਕਿ ਬਹੁਤ ਵਾਰ ਜਿਵੇਂ ਬਿਜ਼ਨਸਿਸ ਦੇ ਵਿੱਚ ਬਹੁਤ ਜ਼ਿਆਦਾ ਆਪਾਂ ਬਿਜ਼ੀ ਹੋ ਜਾਂਦੇ ਹਾਂ ਜੀ, ਤੇ ਉਹਦਾ ਇੱਕ ਪੋਜ਼ਿਟਿਵ ਸਾਈਡ ਤਾਂ ਇਹ ਹੈ ਕਿ ਸਾਡੇ ਬਿਜ਼ਨਸ ਐਸਟੈਬਲਿਸ਼ ਹੋ ਜਾਂਦੇ ਬਹੁਤ ਵਧੀਆ। ਬਿਜ਼ਨਸ ਨੂੰ ਗਾਂਹ ਵਧਾਉਣ ਵਾਸਤੇ ਤੁਹਾਨੂੰ ਟਾਈਮ ਵੀ ਦੇਣਾ ਪੈਂਦਾ, ਡੈਡੀਕੇਸ਼ਨ ਵੀ ਦੇਣੀ ਪੈਂਦੀ ਹੈ, ਡਿਟਰਮੀਨੇਸ਼ਨ ਵੀ ਉਹਦੇ ਵਿੱਚ ਹੁੰਦੀ ਹੈ, ਤੇ ਬਹੁਤ ਜ਼ੋਰ ਲੱਗਦਾ ਇਸ ਚੀਜ਼ਾਂ ਨੂੰ ਵਧਾਉਣ ਵਾਸਤੇ। ਤੇ ਅਸੀਂ ਦੇਖਿਆ ਵੀ ਹੈ ਆਪਣੇ ਕਮਿਊਨਿਟੀ ਦੇ ਬਹੁਤ ਲੋਕਾਂ ਨੇ ਬਹੁਤ ਵੱਡੇ ਲੈਵਲ ਤੱਕ ਆਪਣੇ ਬਿਜ਼ਨਸਿਸ ਨੂੰ ਪਹੁੰਚਾਇਆ ਹੈ ਜੀ, ਬੜੀ ਹਿੰਮਤ ਕਰਕੇ, ਤੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਤੇ ਬਟ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਕਿ ਕਈ ਵਾਰ ਇਹ ਵੀ ਦੇਖਣ 'ਚ ਆਇਆ ਕਿ ਵੀ ਉਹ ਬਿਜ਼ਨਸ ਦੇ ਵਿੱਚ ਇੰਨੇ ਜ਼ਿਆਦਾ ਇਨਵੋਲਵ ਕਈ ਵਾਰ ਅਸੀਂ ਹੁੰਦੇ ਹਾਂ ਕਿ ਫੈਮਿਲੀ ਬਾਈ ਚਾਂਸ ਕਿਤੇ ਇਗਨੋਰ ਹੋ ਜਾਂਦੀ ਹੈ ਜੀ, ਬੱਚਿਆਂ ਨੂੰ ਉਹਨਾਂ ਟਾਈਮ ਨਹੀਂ ਦੇ ਸਕਦੇ, ਦੇ ਪਾਉਂਦੇ ਆਪਾਂ ਕਿ ਵੀ ਉਹਨਾਂ ਦੀ ਠੀਕ ਟੇਕ ਕੇਅਰ ਹੋਵੇ। ਤੇ ਕਈ ਫੈਮਿਲੀਜ਼ ਦੇ ਵਿੱਚੋਂ ਐਕਸਪੀਰੀਅੰਸ ਇੱਦਾਂ ਦੇ ਵੀ ਹੁੰਦੇ ਕਿ ਵੀ ਜਦੋਂ ਸਵੇਰੇ ਉੱਠੇ ਤਾਂ ਡੈਡ ਆਲਰੇਡੀ, ਫਾਦਰ ਸਾਹਿਬ ਆਲਰੇਡੀ ਗਏ ਹੋਏ ਸੀ ਬਿਜ਼ਨਸ ਤੇ, ਤੇ ਜਦੋਂ ਵਾਪਿਸ ਆਏ ਤਾਂ ਬੱਚੇ ਸੋ ਚੁੱਕੇ ਸੀ। ਕਦੇ ਵੀਕਐਂਡ ਤੇ ਜਾ ਕੇ ਮੁਲਾਕਾਤ ਹੁੰਦੀ ਹੈ ਅਕਸਰ। ਸੋ ਇਹਨਾਂ ਚੀਜ਼ਾਂ ਦਾ ਬੜਾ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਇਹਨਾਂ ਦੇ ਬਾਅਦ ਚ ਨਤੀਜੇ ਥੋੜੇ ਜਿਹੇ ਠੀਕ ਨਹੀਂ ਆਉਂਦੇ ਜੀ, ਕਿਉਂਕਿ ਇੱਕ ਇਮੋਸ਼ਨਲ ਅਟੈਚਮੈਂਟ ਹੁੰਦੀ ਹੈ ਬੱਚਿਆਂ ਦੀ ਪੇਰੈਂਟਸ ਦੇ ਨਾਲ, ਤੇ ਉਹਨਾਂ ਨੂੰ ਇੱਕ ਟਾਈਮ ਟਾਈਮ ਤੇ ਜਦੋਂ ਉਹਨਾਂ ਦੀ ਗਰੋਥ ਹੁੰਦੀ ਹੈ, ਇੱਕ ਡਿਵੈਲਪਮੈਂਟ ਹੁੰਦੀ ਹੈ ਬ੍ਰੇਨ ਦੀ, ਡਿਵੈਲਪਮੈਂਟ ਹੁੰਦੀ ਹੈ ਇਮੋਸ਼ਨਸ ਦੀ, ਡਿਵੈਲਪਮੈਂਟ ਹੁੰਦੀ ਹੈ, ਤੇ ਉਹਨਾਂ ਨੂੰ ਉਸੇ ਹਿਸਾਬ ਨਾਲ ਕਿ ਅਟੈਚਮੈਂਟ ਨੂੰ ਦਿਮਾਗ 'ਚ ਰੱਖ ਕੇ ਕਿ ਵੀ ਬੱਚਿਆਂ ਨੂੰ ਉਹਨਾਂ ਦੇ ਹਿਸਾਬ ਦਾ ਟਾਈਮ ਵੀ ਮਿਲਣਾ ਜ਼ਰੂਰੀ ਹੈ। ਸੋ ਜਿੰਨੇ ਬਿਜ਼ਨਸ ਵਾਲੇ ਮੇਰੇ ਭੈਣ ਭਰਾ ਸੁਣ ਰਹੇ ਗੱਲਾਂ ਨੂੰ, ਤੇ ਉਹਨਾਂ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਜ਼ਰੂਰ ਆਪਣੀ ਕੁਆਲਿਟੀ ਆਫ ਲਾਈਫ ਦਾ ਤੇ ਪਲੱਸ ਆਪਣੇ ਲਾਈਫ ਸਟਾਈਲ ਦਾ ਉਨਾ ਹੀ ਜ਼ਿਆਦਾ ਧਿਆਨ ਰੱਖਣਾ ਜ਼ਰੂਰੀ ਹੈ ਜਿੰਨਾ ਕਿ ਬਿਜ਼ਨਸ ਦਾ ਜੀ। ਇਹ ਦੋਨੋਂ ਚੀਜ਼ਾਂ ਇਕੁਅਲੀ ਇੰਪੋਰਟੈਂਟ ਹੈ ਕਿਉਂਕਿ ਬੱਚਿਆਂ, ਜਿਵੇਂ ਕਿ ਆਪਾਂ ਆਪਣੇ ਹਰ ਰੋਜ਼ ਘਰਾਂ ਦੇ ਵਿੱਚ ਸੁਣਦੇ ਹਾਂ, ਦੇਖਦੇ ਹਾਂ ਕਿ ਵੀ ਬੱਚਿਆਂ ਦੇ ਵਿੱਚ ਸੰਸਕਾਰ ਹੋਣੇ ਜ਼ਰੂਰੀ ਹੈ, ਤੇ ਬੱਚੇ ਅਸੀਂ ਸੋਚਦੇ ਹਾਂ ਕਿ ਅਸੀਂ ਬਾਹਰਲੇ ਮੁਲਕਾਂ 'ਚ ਆਏ ਹਾਂ, ਬਹੁਤ ਤਰੱਕੀਆਂ ਹੋਣਗੀਆਂ, ਸਾਰਾ ਕੁਛ ਹੋਣਗੇ, ਪੈਸੇ ਵਧੀਆ ਡਾਲਰ ਕਮਾਉਣਗੇ, ਸਾਰਾ ਕੁਛ ਹੋਊਗਾ, ਤੇ ਹੋ ਰਿਹਾ ਸਾਰਾ ਕੁਛ ਜੀ। ਬਟ ਉਹਦੇ ਨਾਲ ਨਾਲ ਇਹ ਚੀਜ਼ ਵੀ ਜ਼ਰੂਰੀ ਹੈ ਕਿ ਤੁਸੀਂ ਕਿਤੇ ਆਪਣੇ ਕੁਆਲਿਟੀ ਆਫ ਲਾਈਫ ਦੇ ਨਾਲ ਕੰਪਰੋਮਾਈਜ਼ ਤਾਂ ਨਹੀਂ ਕਰ ਰਹੇ ਜੀ, ਤੁਸੀਂ ਕਿਤੇ ਆਪਣੇ ਲਾਈਫ ਸਟਾਈਲ ਦੇ ਵਿੱਚ ਇੰਨਾ ਤਾਂ ਨਹੀਂ ਉਹਦੇ ਵਿੱਚ ਉਲਝ ਗਏ ਕਿ ਵੀ ਅੱਗੇ ਚੱਲ ਕੇ ਵੀ ਇਹ ਨਹੀਂ ਸਮਝ ਲੱਗ ਰਿਹਾ ਹੁਣ ਬੱਚਿਆਂ ਨੂੰ ਕੀ ਦੱਸੀਏ ਜੀ। ਬੱਚੇ ਕੀ ਮੈਸੇਜ ਤੁਹਾਡੇ ਬਿਜ਼ੀ ਸਕੈਜੂਲ ਦੇ ਵਿੱਚੋਂ ਬੱਚਿਆਂ ਨੂੰ ਕੀ ਮੈਸੇਜ ਆ ਰਿਹਾ ਹੈ ਜੀ, ਇਹਨੂੰ ਕਹਿੰਦੇ ਆ ਵਰਕ ਲਾਈਫ ਬੈਲੈਂਸ, ਤੇ ਉਹ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ। ਕਿਤੇ ਬਿਜ਼ਨਸ ਵਧਾਉਂਦੇ ਵਧਾਉਂਦੇ ਕਿਤੇ ਆਪਾਂ ਇਸ ਮੁਕਾਮ ਤੇ ਨਾ ਪਹੁੰਚ ਜਾਈਏ ਕਿ ਕਈ ਵਾਰ ਇੱਕ ਦੋ ਮੈਂ ਤੁਹਾਨੂੰ ਇੰਸੀਡੈਂਟ ਦੱਸ ਸਕਦਾ ਕਿ ਵੀ ਜਿਸੇ ਦੀ ਮੈਨੂੰ ਕਾਲ ਆਈ ਤੇ ਕਹਿੰਦਾ ਜੀ ਮੈਨੂੰ 40 ਸਾਲ ਹੋ ਗਏ ਇੱਥੇ ਬਿਜ਼ਨਸ ਕਰਦਿਆਂ ਨੂੰ, ਤੇ 40 ਸਾਲ ਦੇ ਵਿੱਚ ਅੱਜ ਪਹਿਲੀ ਵਾਰ ਇਹ ਮਹਿਸੂਸ ਹੋਇਆ ਕਿ ਵੀ ਸ਼ਾਇਦ ਅਮੈਰੀਕਾ ਆ ਕੇ ਗਲਤੀ ਕੀਤੀ। ਮੈਂ ਕਿਹਾ ਜੀ ਕਿਉਂ? ਕਹਿੰਦੇ ਜੀ ਬਿਜ਼ਨਸ ਬਹੁਤ ਬਣਾਇਆ ਮੈਂ, ਹੁਣ ਦੱਸ ਨਹੀਂ ਸਕਦਾ, ਮੇਰੇ ਕੋਲ ਆਈ ਐਮ ਅ ਮਿਲੀਅਨੇਅਰ ਬਾਈ ਮਾਈ ਸੈਲਫ। ਮੈਂ ਜੀ ਠੀਕ ਹੈ। ਕਹਿੰਦਾ ਬਟ ਬੱਚਿਆਂ ਨੂੰ ਮੈਂ ਕਦੇ ਟਾਈਮ ਨਹੀਂ ਦੇ ਸਕਿਆ, ਤੇ ਅੱਜ ਬੱਚੇ ਮੈਨੂੰ ਇਹ ਨਹੀਂ ਸਮਝ ਲੱਗ ਰਿਹਾ ਬੱਚਿਆਂ ਨੂੰ ਸਮਝਾਵਾਂ ਕੀ, ਤੇ ਬੱਚਿਆਂ ਨੂੰ ਮਨਾਵਾਂ ਕਿਵੇਂ ਕਿ ਵੀ ਉਹ ਨਾ ਮੇਰੇ ਕੋਲ ਰਹਿੰਦੇ ਤੇ ਨਾਲੇ ਗਲਤ ਰਸਤੇ ਤੇ ਤੁਰ ਪਏ, ਉਹਨਾਂ ਦੀ ਕੰਪਨੀ ਗਲਤ ਹੋ ਗਈ, ਬਟ ਮੈਂ ਆਪਣੇ ਆਪ ਨੂੰ ਹੀ ਬਲੇਮ ਕਰਦਾ ਵੀ ਸ਼ਾਇਦ ਜਦੋਂ ਮੇਰੀ ਲੋੜ ਸੀ ਤੇ ਮੈਂ ਉੱਥੇ ਨਹੀਂ ਸੀਗਾ ਜੀ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਬਹੁਤ ਜ਼ਿਆਦਾ ਹੈ ਕਿਉਂਕਿ ਸਮਾਰਟ ਬਿਜ਼ਨਸ ਜਿਹੜਾ ਹੈ, ਤੇ ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਹੁੰਦਾ ਜਿੱਥੇ ਵੀ ਮੈਂ ਗੁਰਦੁਆਰਾ 'ਚ ਵੀ ਮੇਰੀ ਟਾਕਸ ਹੁੰਦੀਆਂ, ਰੇਡੀਓ ਪ੍ਰੋਗਰਾਮਸ ਦੇ ਵਿੱਚ ਵੀ ਮੇਰੀ ਟਾਕਸ ਹੁੰਦੀ ਆ, ਮੈਂ ਹੁਣ ਤੱਕ ਆਪਣੀ ਲਾਈਫ 'ਚ ਆਈ ਥਿੰਕ ਮੈਨੂੰ ਲੱਗਦਾ 300 ਤੋਂ ਜ਼ਿਆਦਾ ਵਰਕਸ਼ਾਪਸ ਤੇ ਮੋਟੀਵੇਸ਼ਨਲ ਲੈਕਚਰਸ ਵਗੈਰਾ ਮੇਰੇ ਹੋ ਚੁੱਕੇ ਹੈ। ਸੋ
ਇਹ ਚੀਜ਼ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਵੀ ਐਨੀ ਅਚੀਵਮੈਂਟ ਵਿਦਆਊਟ ਫੁਲਫਿਲਮੈਂਟ ਇਜ਼ ਨੋ ਅਚੀਵਮੈਂਟ। ਜੀ ਕੋਈ ਤਰੱਕੀਆਂ ਨੂੰ ਕੋਈ ਤਰੱਕੀ ਨੂੰ ਤੁਸੀਂ ਤਰੱਕੀ ਨਹੀਂ ਕਹਿ ਸਕਦੇ ਜਦੋਂ ਤੱਕ ਤੁਸੀਂ ਅੰਦਰੋਂ ਖੁਸ਼ੀ ਨਹੀਂ ਤੁਹਾਨੂੰ ਜੇ ਹੈ, ਤੁਹਾਡਾ ਅੰਦਰ ਆਪਣਾ ਮਨ ਜਿਹੜਾ ਹੈ ਉਹ ਖੁਸ਼ ਜੇ ਨਹੀਂ ਹੈ ਤੇ ਤੁਹਾਡੀ ਕੋਈ ਵੀ ਤਰੱਕੀ ਜਿਹੜੀ ਹੈ ਉਹ ਤਰੱਕੀ ਨਹੀਂ ਮੰਨੀ ਜਾਂਦੀ ਜੀ ਤੇ ਕਿਤੇ ਨਾ ਕਿਤੇ ਕੋਈ ਖਾਲੀਪਣ ਰਹਿ ਜਾਂਦਾ ਤੇ ਉਸ ਪਾਸੇ ਨੂੰ ਪੂਰਾ ਕਰਨ ਵਾਸਤੇ ਆਪਾਂ ਨੂੰ ਇੱਕ ਵਰਕ ਲਾਈਫ ਬੈਲੈਂਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਤੇ ਆਪਣੀ ਕਮਿਊਨਿਟੀ ਤੋਂ ਨੂੰ ਤਾਂ ਮੈਂ ਖਾਸ ਤੌਰ ਤੇ ਇਹ ਗੱਲ ਕਹਾਂ ਕਿਉਂਕਿ ਰੋਜ਼ ਵਾਸਤਾ ਮੇਰਾ ਪੈਂਦਾ ਹੈ। ਜੀ ਸਭ ਤੋਂ ਪਹਿਲਾ ਆਈਡੀਆ ਤਾਂ ਇਹੀ ਹੈ, ਬਿਜ਼ਨਸ ਕੋਈ ਵੀ ਬੰਦਾ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਵੀ ਕਿਸੇ ਵੀ ਨੋਰਮਲ ਇਨਸਾਨ ਦੀ ਲਾਈਫ ਦੇ ਵਿੱਚ ਸਟ੍ਰੈਸ ਆਉਣਾ, ਟੈਨਸ਼ਨਾਂ ਆਉਣੀਆਂ ਜਾਂ ਮਾੜਾ ਮੋਟਾ ਲਾਈਫ ਦੇ ਵਿੱਚ ਉਤਾਰ ਚੜਾਅ ਜਿਹਨੂੰ ਕਹਿੰਦੇ ਆ ਬਈ, ਉਹ ਆਉਣਾ ਬੜਾ ਸੁਭਾਵਿਕ ਹੈ, ਬੜਾ ਨੋਰਮਲ ਹੈ, ਕੋਈ ਵੱਡੀ ਗੱਲ ਨਹੀਂ ਹੈ। ਜੀ ਉਹਨੂੰ ਸੰਭਾਲਣਾ ਕਿਵੇਂ ਹੈ ਤੇ ਉਸ ਚੀਜ਼ ਦੀ ਟੇਕ ਕੇਅਰ ਕਿਵੇਂ ਕਰਨੀ ਹੈ, ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਤੁਸੀਂ ਉਹਨੂੰ ਇਗਨੋਰ ਨਹੀਂ ਕਰ ਸਕਦੇ। ਲੋਕੀ ਕੀ ਕਹਿਣਗੇ, ਇਹ ਇਸ ਚੀਜ਼ ਤੇ ਫੋਕਸ ਹੋਣਾ ਜ਼ਰੂਰੀ ਹੈ ਜਾਂ ਇਸ ਚੀਜ਼ ਦਾ ਫੋਕਸ ਹੋਣਾ ਜ਼ਰੂਰੀ ਹੈ ਕਿ ਮੇਰਾ ਬੱਚਾ ਠੀਕ ਹੋਣਾ ਚਾਹੀਦਾ। ਜੀ ਜੇ ਬੱਚਾ ਠੀਕ ਹੋਊਗਾ ਤਾਂ ਉਹ ਆਪੇ ਆ ਕੇ ਇੰਨੇ ਵੱਡੇ ਕ੍ਰਮ ਅੱਗੇ ਜਾ ਕੇ ਕਰੂਗਾ ਕਿ ਲੋਕੀ ਉਹਦੇ ਬਾਰੇ ਵਧੀਆ ਹੀ ਕਹਿਣਗੇ। ਜੀ ਜੇ ਤੁਸੀਂ ਉਹਨੂੰ ਮੈਂਟਲੀ ਵੀਕ ਕਰ ਦਿੱਤਾ ਫਿਰ ਅੱਗੇ ਚੱਲ ਕੇ ਕਦੋਂ ਤੱਕ ਲੁਕੋਗੇ ਤੁਸੀਂ? ਜੀ ਇੱਕ ਦਿਨ ਤਾਂ ਬਾਹਰ ਆਣੀ ਹੈ ਨਾ ਗੱਲ। ਜੀ ਸੋ ਹੁਣ ਇਸ ਗੱਲ ਨੂੰ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਬਈ ਬਿਲਕੁਲ ਤੁਸੀਂ ਓਪਨਲੀ ਆ ਕੇ ਗੱਲ ਕਰੋ ਤੇ ਆਪਣੇ ਐਕਸਪਰਟ ਦੇ ਨਾਲ, ਜਿਹੜਾ ਵੀ ਤੁਹਾਡਾ ਕੋਈ ਲਾਈਫ ਕੋਚ ਹੈ ਜਾਂ ਜਿਹੜਾ ਤੁਸੀਂ ਆਪਣੇ, ਇੱਕ ਸਟਕ ਫੀਲ ਕਰਦਾ ਕਈ ਵਾਰ ਨਾ ਇਨਸਾਨ, ਮੈਂ ਫਸ ਗਿਆ, ਮੈਂ ਸਮਝ ਨਹੀਂ ਲੱਗ ਰਹੀ ਮੈਨੂੰ ਕੀ ਕਰਾਂ, ਬਿਜ਼ਨਸ ਪਾਸੇ ਵੀ ਫਸ ਗਿਆ, ਉਧਰ ਘਰੇਲੂ ਰਿਸ਼ਤਿਆਂ ਨੂੰ ਲੈ ਕੇ ਕਿਤੇ ਉਲਝ ਗਿਆ ਜਾਂ ਕਿਤੇ। ਇੱਕ ਮਿੰਟ ਮੈਂ ਗੱਲ ਕੱਟ ਰਿਹਾ, ਫਿਰ ਉਹ ਆਪਣੀ ਕਮਿਊਨਿਟੀ ਦੇ ਵਿੱਚ ਇਹ ਹੈਗਾ ਕਿ ਜਦੋਂ ਇਦਾਂ ਦੀ ਚੀਜ਼ ਕੋਈ ਆਉਂਦੀ ਆ ਤੇ ਉਹ ਫਿਰ ਦੂਜੇ ਬੰਨੇ ਜਾਂਦੇ ਆ, ਜਿਹੜੇ ਆਪਾਂ ਸਟ੍ਰੇਟਲੀ ਤੇ ਨਹੀਂ ਕਹਿ ਸਕਦੇ ਵੀ ਉਹ ਜਾਦੂ ਟੋਣੇ ਜੇ ਵੋ ਲਟਰਮ ਪਟਰਮ ਜੋ ਪੁੱਠਾ ਦਿੰਦਾ। ਬਿਲਕੁਲ, ਮੈਂ ਉਸ ਚੀਜ਼ ਤੇ ਵੀ ਮੈਂ ਆਉਂਦਾ ਜੀ ਕਿ ਬਹੁਤ ਵਾਰ ਜਦੋਂ ਸਾਰੇ ਹੱਥਕੰਡੇ ਆਪਾਂ ਅਪਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵੀ ਸ਼ਾਇਦ ਕਿਸੇ ਨੇ ਕੋਈ ਟੂਣਾ ਟੋਟਕਾ ਕਰਤਾ ਹੋਵੇ ਜਾਂ ਕਿਸੇ ਨੇ ਕੋਈ ਕਾਲਾ ਜਾਦੂ ਕਰਤਾ ਹੋਣਾ, ਵੀ ਚਲੋ ਕਿਸੇ ਨੂੰ ਫੋਨ ਫੂਨ ਕਰਕੇ ਇੱਥੇ ਬੈਠੇ ਬੈਠਾ ਏ ਇੰਡੀਆ ਕੋਲਾਂ ਕਰਕੇ 21,000 31,000 51,000 ਰੁਪਏ ਉੱਥੇ ਜੀ ਪੂਜਾ ਪਾਠ ਕਰਾ ਲਓ ਜੀ, ਆਹ ਕਰਾ ਲਓ, ਉਹ ਕਰਾ ਲਓ, ਬਟ ਤੁਸੀਂ ਇਹ ਸਮਝ ਨਹੀਂ ਸਕਦੇ ਤੁਹਾਡਾ ਬੱਚਾ ਜਾਂ ਬਜ਼ੁਰਗ ਉਹ ਕਿਹੜੀ ਪ੍ਰੋਬਲਮ ਦੇ ਵਿੱਚੋਂ ਲੰਘ ਰਿਹਾ ਜਦੋਂ ਤੱਕ ਉਹ ਗੱਲ ਨਹੀਂ ਹੋਣੀ ਕਿ ਤੁਹਾਡੀ ਕੋਈ ਜਾਦੂ ਟੋਣਾ ਟੋਟਕਾ ਕੀ ਕਰੂਗਾ। ਜਿਹੜੀ ਬੱਚੇ ਦੀ ਓਰਿਜਿਨਲ ਪ੍ਰੋਬਲਮ ਹੈ, ਮੈਂ ਤੁਹਾਨੂੰ ਇੱਕ ਐਗਜਾਮਪਲ ਹੀ ਦੇ ਦਿੰਦਾ ਇਸ ਗੱਲ ਦਾ ਜੀ। ਤੁਸੀਂ ਇਹ ਸੋਚੋ ਕਿ ਘਰ ਦੇ ਵਿੱਚ ਕੋਈ ਬੱਚਾ ਹੈ, ਉਸ ਬੱਚੇ ਨੇ, ਉਹ ਬੱਚਾ ਸਕੂਲ ਜਾਂਦਾ ਹੈ, ਹੁਣ ਟੀਨੇਜਰ ਹੀ ਲਾ ਲਓ ਕੋਈ, ਘਰ ਦੇ ਵਿੱਚ ਉਹਦੇ ਪੇਰੈਂਟਸ ਇਹ ਮੈਸੇਜ ਦਿੰਦਾ ਬੇਟਾ ਵੱਡੇ ਹੋ ਤੁਸੀਂ ਉੱਠ ਕੇ ਪੈਰੀ ਹੱਥ ਲਾਇਆ ਕਰੋ, ਤੁਸੀਂ ਪਾਠ ਰੋਜ਼ ਕਰਿਆ ਕਰੋ, ਵੱਡਿਆਂ ਦੀ ਇੱਜ਼ਤ ਕਰਿਆ ਕਰੋ, ਬਜ਼ੁਰਗਾਂ ਕੋਲ ਬੈਠਿਆ ਕਰੋ, ਦੋ ਗੱਲਾਂ ਵਧੀਆ ਸਿੱਖਿਆ ਕਰੋ, ਝੂਠ ਨਹੀਂ ਬੋਲਣੀ, ਸਾਰੇ ਸੰਸਕਾਰ ਜਿਹੜੇ ਆਪਾਂ ਸੋਚਦੇ ਹਾਂ ਕਿ ਬੱਚੇ ਦੇ ਵਿੱਚ ਆਉਣੇ ਚਾਹੀਦੇ ਹੈ। ਵੀਕਐਂਡ ਤੇ ਕੋਸ਼ਿਸ਼ ਕਰਦੇ ਹਾਂ ਗੁਰਦੁਆਰਿਆਂ 'ਚ ਲਿਜਾਣ ਦੀ ਤੇ ਉੱਥੇ ਵੀ ਉਹਨਾਂ ਨੂੰ ਅਟਰੈਕਟ ਕਰਨ ਵਾਸਤੇ ਪੀਜ਼ਾ ਵਗੈਰਾ ਵੀ ਉੱਥੇ ਤਿਆਰ ਕੀਤਾ ਜਾਂਦਾ ਵੀ ਸ਼ਾਇਦ ਬੱਚਿਆਂ ਦਾ ਇੰਟਰਸਟ ਬਣਿਆ ਰਹੇ। ਲੇਕਿਨ ਤੁਸੀਂ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਅੱਜ ਕਿ ਬੱਚੇ ਜਿੱਥੇ ਜਾ ਰਹੇ ਸਕੂਲਾਂ ਦੇ ਵਿੱਚ, ਉਹ ਸਕੂਲ ਦੇ ਵਿੱਚ ਉਹਨਾਂ ਦਾ ਫਰੈਂਡ ਸਰਕਲ ਜਿਹੜਾ ਹੈ, ਉਹਨਾਂ ਦੇ ਫਰੈਂਡਸ ਜਿਹੜੇ ਹੈ ਉਹ ਡਿਫਰੈਂਟ ਡਿਫਰੈਂਟ ਕਮਿਊਨਿਟੀਜ਼ ਤੋਂ, ਡਿਫਰੈਂਟ ਡਿਫਰੈਂਟ ਬੈਕਗਰਾਉਂਡ ਤੋਂ ਆਏ ਹੋਏ ਬੱਚੇ ਹੈ। ਕੋਈ ਚਾਈਨੀਜ਼ ਹੈਗਾ, ਕੋਈ ਗੋਰਾ ਹੈ, ਕੋਈ ਮੈਕਸੀਕਨ ਹੈ, ਕੋਈ ਕੋਈ ਫਿਲੀਪੀਨੋ ਹੈ, ਕੋਈ ਇੰਡੀਅਨ ਹੈ, ਕੋਈ ਪੰਜਾਬੀ ਹੈ, ਕੋਈ ਮਤਲਬ ਵੱਖਰੇ ਵੱਖਰੇ ਬੈਕਗਰਾਉਂਡ ਤੋਂ ਆਏ ਹੋਏ ਬੱਚੇ ਹੈ ਤੇ ਜਿਹਨਾਂ ਦਾ ਵੱਖਰਾ ਵੱਖਰਾ ਐਕਸਪੀਰੀਅੰਸ ਹੁੰਦਾ ਹੈ ਜੀ। ਉਹ ਬੱਚੇ ਆਪਣੇ ਬੱਚਿਆਂ ਨੂੰ ਡਿਫਰੈਂਟ ਚੀਜ਼ਾਂ ਟ੍ਰਾਂਸਫਰ ਕਰਦੇ ਆ ਵੀ ਏਦਾਂ ਨਹੀਂ ਏਦਾਂ ਹੁੰਦਾ ਹੈ, ਪੇਰੈਂਟਸ ਉਹਨਾਂ ਨੂੰ ਵੱਖਰੀ ਗੱਲ ਦੱਸ ਰਹੇ ਹੈ, ਉਹਦੇ ਫਰੈਂਡ ਸਰਕਲ ਸਕੂਲ ਦੇ ਵਿੱਚ ਉਹਨਾਂ ਨੂੰ ਵੱਖਰੀ ਚੀਜ਼ ਦੱਸ ਰਿਹਾ ਤੇ ਉਹਦੇ ਟੀਚਰ ਵੀ ਵੱਖਰੇ ਵੱਖਰੇ ਹੈ ਜੀ। ਟੀਚਰਸ ਵੀ ਡਿਫਰੈਂਟ ਡਿਫਰੈਂਟ ਬੈਕਗਰਾਉਂਡ ਤੋਂ, ਡਿਫਰੈਂਟ ਡਿਫਰੈਂਟ ਰਿਲੀਜੀਅਸ ਬੈਕਗਰਾਉਂਡ ਤੋਂ, ਕਲਚਰਲ ਬੈਕਗਰਾਉਂਡ ਤੋਂ ਹੈ ਜੀ। ਟੀਚਰਸ ਵੱਖਰਾ ਮੈਸੇਜ ਦੇ ਰਹੇ ਹੈ, ਉਹਨਾਂ ਦਾ ਫਰੈਂਡ ਸਰਕਲ ਵੱਖਰਾ ਮੈਸੇਜ ਦੇ ਰਿਹਾ ਤੇ ਬੱਚਿਆਂ ਦੇ ਪੇਰੈਂਟਸ ਵੱਖਰੇ ਮੈਸੇਜ ਦੇ ਰਹੇ ਤੇ ਬੱਚਾ ਹੁਣ ਇਮੋਸ਼ਨਲੀ ਇਹ ਸਟਕ ਹੋ ਗਿਆ ਕਿ ਬਈ ਮੈਂ ਕਿਹਦੀ ਗੱਲ ਮੰਨਾਂ ਜੀ।
ਜੇ ਫਰੈਂਡ ਸਰਕਲ ਦੀ ਗੱਲ ਬੱਚਾ ਨਹੀਂ ਮੰਨਦਾ ਤਾਂ ਫਿਰ ਉਹ ਉਹਨੂੰ ਫਰੈਂਡ ਸਰਕਲ ਦੇ ਵਿੱਚੋਂ ਆਪਣੇ ਫਰੈਂਡ ਦੇ ਗਰੁੱਪ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਜੀ ਜਾਂ ਉਹਦੀ ਬੁਲਿੰਗ ਹੁੰਦੀ ਹੈ ਸਕੂਲਾਂ 'ਚ ਸਾਰਿਆਂ ਨੂੰ ਪਤਾ ਹੈ ਜੀ ਤੇ ਉਸ ਨੂੰ ਉਹ ਰਿਜੈਕਸ਼ਨ ਬੱਚਾ ਮਹਿਸੂਸ ਕਰਦਾ ਬਹੁਤ ਜ਼ਿਆਦਾ ਤੇ ਉਸ ਨੂੰ ਉਹ ਮਤਲਬ ਐਕਸੈਪਟ ਨਹੀਂ ਕਰ ਸਕਦਾ ਵੀ ਮੈਂ ਇਹਨਾਂ ਦੀ ਰਿਜੈਕਸ਼ਨ ਨਹੀਂ ਫੀਲ ਕਰਨੀ ਜੇ ਮੇਰਾ ਕੋਈ ਫਰੈਂਡ ਹੀ ਨਹੀਂ ਹੋਊਗਾ ਸਕੂਲ ਦੇ ਵਿੱਚ ਤਾਂ ਇਹਨਾਂ ਨੇ ਤਾਂ ਮੈਨੂੰ ਏਦਾਂ ਹੀ ਤਾਨੇ ਮਾਰ ਮਾਰ ਕੇ ਮਾਰ ਦੇਣਾ ਜੀ ਤੇ ਉਹ ਬਹੁਤ ਉਹਨਾਂ ਨੂੰ ਬੁਲਿੰਗ ਕਰਦੇ ਆ ਮੈਸੇਜ ਭੇਜ ਭੇਜ ਕੇ ਆਹ ਦੇਖੋ ਇਹ ਕਿੱਦਾਂ ਦਾ ਲੱਗਦਾ ਹੈ ਸ਼ਕਲ ਵੱਖਰੀ ਹੈ ਸੋ ਉਹ ਜਿਹੜਾ ਪੀਅਰ ਪ੍ਰੈਸ਼ਰ ਹੈ ਫਰੈਂਡ ਸਰਕਲ ਦਾ ਸਕੂਲ ਦੇ ਵਿੱਚ ਉਹਨੂੰ ਹੈਂਡਲ ਕਰਨਾ ਬੱਚਿਆਂ ਵਾਸਤੇ ਬੜਾ ਇਮੋਸ਼ਨਲੀ ਐਗਜ਼ੌਸਟਿਡ ਹੁੰਦਾ ਜੀ ਜਿਹਨੂੰ ਬੱਚਾ ਘਰੇ ਆ ਕੇ ਦੱਸ ਵੀ ਨਹੀਂ ਸਕਦਾ ਜੀ ਸੋ ਹੁਣ ਬੱਚੇ ਦੀ ਕਨਫਿਊਜ਼ਨ ਇਹ ਹੈ ਕਿ ਵੀ ਪੇਰੈਂਟਸ ਉਹਦੇ ਰੋਲ ਮਾਡਲ ਹੈ ਬੱਚੇ ਦੇ ਉਹਨੂੰ ਲੱਗਦਾ ਕਿ ਵੀ ਮੇਰਾ ਫਾਦਰ ਮੇਰਾ ਰੋਲ ਮਾਡਲ ਹੈ ਮੇਰੀ ਮਾਂ ਮੇਰੀ ਰੋਲ ਮਾਡਲ ਹੈ ਘਰ ਦੇ ਵਿੱਚ ਬਜ਼ੁਰਗ ਵੀ ਹੁੰਦੇ ਆ ਉਹ ਕਹਿੰਦੇ ਵੀ ਸਾਡੀਆਂ ਗੱਲਾਂ ਸੁਣੋ ਕਿਉਂਕਿ ਉਹ ਆਪਣਾ ਬੋਰਨ ਇੰਡੀਆ 'ਚ ਹੋਏ ਰੇਜ਼ ਉੱਥੇ ਹੋਏ ਫਿਰ ਇੱਥੇ ਆ ਗਏ ਹੁਣ ਇੱਥੇ ਦਾ ਕਲਚਰ ਵੱਖਰਾ ਸੋਸਾਇਟੀ ਵੱਖਰੀ ਸਾਰਾ ਕੁਛ ਨਈ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਸਿੱਖਦੇ ਆ ਜੀ ਸੋ ਇਹ ਕਨਫਿਊਜ਼ਨ ਬੱਚੇ ਦੇ ਦਿਮਾਗ ਦੇ ਵਿੱਚ ਰਹਿੰਦੀ ਹੈ ਤਾਂ ਉਸ ਚੀਜ਼ ਨੂੰ ਕੋਈ ਜਾਦੂ ਟੋਣਾ ਕਾਲਾ ਜਾਦੂ ਕਿਵੇਂ ਅਸਰ ਕਰੂਗਾ ਜੀ ਉਹਦੇ ਵਿੱਚ ਕੋਈ ਪੂਜਾ ਪਾਠ ਕਿਵੇਂ ਕੰਮ ਆਊਗੀ ਜਦੋਂ ਤੱਕ ਉਹਦਾ ਰੀਅਲ ਇਸ਼ੂ ਹੱਲ ਨਹੀਂ ਹੁੰਦਾ ਜੀ ਡਾਕਟਰ ਸਾਹਿਬ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੂਗੀ ਅਤੇ ਦਰਸ਼ਕੋ ਤੁਸੀਂ ਵੀ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਕੰਮ ਦੀਆਂ ਗੱਲਾਂ ਹੋ ਰਹੀਆਂ ਨੇ ਸੋਚਣ ਵਾਲੀਆਂ ਗੱਲਾਂ ਹੋ ਰਹੀਆਂ ਨੇ ਸੁਣਨ ਵਾਲੀਆਂ ਗੱਲਾਂ ਹੋ ਰਹੀਆਂ ਨੇ ਇੱਕ ਲੈਣੇ ਛੋਟੀ ਜਿਹੀ ਬ੍ਰੇਕ ਮਿਲਦੇ ਆ ਬ੍ਰੇਕ ਤੋਂ ਬਾਅਦ ਸਤਿ ਸ਼੍ਰੀ ਅਕਾਲ ਦਰਸ਼ਕੋ ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਕਾਰੋਬਾਰ ਪੰਜਾਬੀਆਂ ਦੇ ਵਿੱਚ ਫਿਲਡਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਅਸੀਂ ਤੁਹਾਡੇ ਨਾਲ ਜੁੜੇ ਹਾਂ ਸੋ ਦਰਸ਼ਕੋ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਜਾਂ ਜਸ ਪੰਜਾਬੀ ਦੇ ਹੋਰ ਕਿਸੇ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਅਤੇ ਚੱਲ ਰਹੇ ਲਾਈਵ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਥੱਲੇ ਲਿਖੇ ਨੰਬਰ ਦੇ ਉੱਪਰ ਤੁਹਾਡਾ ਕੋਈ ਵੀ ਬਿਜ਼ਨਸ ਹੈ ਕੋਈ ਵੀ ਈਵੈਂਟ ਹੈ ਕਿਸੇ ਵੀ ਤਰੀਕੇ ਦਾ ਕੋਈ ਪ੍ਰੋਗਰਾਮ ਹੈ ਤੁਹਾਡੀ ਕੋਈ ਵੀ ਕਿਸੇ ਵੀ ਤਰੀਕੇ ਦੀ ਤੁਹਾਡੇ ਕੋਲ ਨੌਲੇਜ ਹੈ ਸਾਡੇ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਜੁੜੋ ਤੁਹਾਡਾ ਕੋਈ ਵੀ ਟੈਲੈਂਟ ਹੈਗਾ ਬਿਜ਼ਨਸ ਹੈਗਾ ਈਵੈਂਟ ਹੈਗਾ ਵਾ ਜੇ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਜ਼ਰੂਰ ਸਾਡੇ ਨਾਲ ਜੁੜੋ ਸੋ ਅੱਜ ਅਸੀਂ ਸਾਡੇ ਅੱਜ ਦੇ ਮਹਿਮਾਨ ਨੇ ਡਾਕਟਰ ਜਸਬੀਰ ਸਿੰਘ ਸਵਾਗਤ ਹੈ ਜੀ ਡਾਕਟਰ ਸਾਹਿਬ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਹਾਂਜੀ ਥੈਂਕ ਯੂ ਨਿਕ ਜੀ ਸੋ ਹਾਂਜੀ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜੀ ਗੱਲਬਾਤ ਚੱਲ ਰਹੀ ਸੀਗੀ ਕਿ ਬੱਚਿਆਂ ਦੇ ਬਾਰੇ ਸਕੂਲ ਦੇ ਵਿੱਚ ਬੁਲਿੰਗ ਅਸੀਂ ਉਹ ਬਹੁਤ ਕੁਛ ਇੱਥੇ ਫੇਸ ਕਰਦੇ ਹਾਂ ਦੇਖਣ ਨੂੰ ਆਉਂਦੀਆਂ ਨੇ ਚੀਜ਼ਾਂ ਫਿਰ ਬੱਚੇ ਚੁੱਪ ਚੁੱਪ ਰਹਿੰਦੇ ਨੇ ਉਹਨਾਂ ਦਾ ਫਰੈਂਡ ਸਰਕਲ ਨਹੀਂ ਬਣ ਸਕਦਾ ਅਤੇ ਉਹ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਇੱਥੇ ਫੇਸ ਕਰਨ ਨੂੰ ਮਿਲਦੀਆਂ ਨੇ ਜਿਸ ਦੇ ਵਿੱਚ ਜਿਸ ਤਰ੍ਹਾਂ ਡਾਕਟਰ ਸਾਹਿਬ ਦੱਸ ਰਹੇ ਸੀਗੇ ਕਿ ਉਸਦੇ ਵਿੱਚ ਕਿ ਬੱਚਾ ਕਨਫਿਊਜ਼ ਹੋ ਜਾਂਦਾ ਆ ਪੇਰੈਂਟਸ ਦੀ ਗੱਲ ਮੰਨੇ ਆ ਕਿਡਸ ਦੀ ਬੱਚਿਆਂ ਦੇ ਆਪਣੇ ਫਰੈਂਡਸ ਦੀ ਮੰਨੇ ਆ ਟੀਚਰ ਦੇ ਉੱਤੇ ਜਾਵੇ ਅਤੇ ਡਾਕਟਰ ਸਾਹਿਬ ਆਪਾਂ ਮੈਂ ਇਹ ਗੱਲ ਤਾਂ ਕਰ ਰਿਹਾ ਕਿ ਕਿਉਂਕਿ ਤੁਸੀਂ ਡਾਕਟਰ ਹੋ ਮੈਂ ਐਜ਼ ਏ ਪੇਸ਼ੈਂਟ ਗੱਲ ਕਰ ਰਿਹਾ ਕਿ ਜਦੋਂ ਆਪਾਂ ਬੱਚਿਆਂ ਦੇ ਵਿੱਚ ਇਹ ਤਾਂ ਬਾਹਰਲੀ ਗੱਲ ਹੋ ਗਈ ਕਿ ਬਾਹਰ ਦੇ ਬੱਚੇ ਤਾਂ ਆਪਾਂ ਇਹ ਦੇਖਦੇ ਹਾਂ ਇਨ ਫੈਮਿਲੀ ਦੇ ਵਿੱਚ ਵੀ ਤੁਸੀਂ ਦੇਖ ਲਓ ਜਿਹੜੇ ਗ੍ਰੈਂਡ ਪੇਰੈਂਟਸ ਨੇ ਜਾਂ ਦੂਜੀ ਸਾਈਡ ਤੋਂ ਜਿੱਦਾਂ ਦੋ ਫੈਮਲੀਆਂ ਹੁੰਦੀਆਂ ਨੇ ਹਮੇਸ਼ਾ ਇੱਕ ਫਾਦਰ ਵੱਲੋਂ ਇੱਕ ਮਦਰ ਵੱਲੋਂ ਤਾਂ ਉਹਨਾਂ ਦੀਆਂ ਵੀ ਵੱਖਰੀਆਂ ਵੱਖਰੀਆਂ ਗਾਈਡਲਾਈਨਸ ਹੁੰਦੀਆਂ ਨੇ ਵੱਖਰੇ ਵੱਖਰੇ ਉਹ ਲੈਵਲ 'ਤੇ ਬੱਚਿਆਂ ਨੂੰ ਕਨਫਿਊਜ਼ ਕਰਦੇ ਨੇ ਕਈਆਂ ਥਾਵਾਂ 'ਤੇ ਜੀ ਜੀ ਸੋ ਹੁਣ ਬੱਚਿਆਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਉੱਥੇ ਆਪਾਂ ਨੂੰ ਪੇਰੈਂਟਸ ਨੂੰ ਇੱਕ ਚੀਜ਼ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਉਹਨਾਂ 'ਤੇ ਆਪਾਂ ਕੋਈ ਗੱਲ ਥੋਪਣ ਦੀ ਲੋੜ ਨਹੀਂ ਹੈ ਜੀ ਥੋਪਣੀ ਨਹੀਂ ਚਾਹੀਦੀ ਕਿਉਂਕਿ ਉਹਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਬੱਚਾ ਇੱਦਾਂ ਫੀਲ ਕਿਉਂ ਕਰ ਰਿਹਾ ਜੇ ਉਹਦੇ ਬਿਹੇਵੀਅਰ 'ਚ ਕੋਈ ਚੇਂਜ ਲੱਗਦਾ ਹੈ ਸੋ ਆਪਾਂ ਆਪਣੇ ਅੰਦਾਜ਼ੇ ਨਾਲ ਕਈ ਵਾਰ ਕੋਈ ਨਹੀਂ ਉਹ ਇਹਦਾ ਸਕੂਲ ਚੇਂਜ ਹੋਇਆ ਹਾਲੇ ਇਸ ਕਰਕੇ ਇੱਦਾਂ ਹੋਣਾ ਜਾਂ ਉਹਦੇ ਪਤਾ ਨਹੀਂ ਕਿਉਂ ਇਹਨੂੰ ਗੁੱਸਾ ਆਉਂਦਾ ਹੈ ਚਲੋ ਕਿਸੇ ਗੱਲ ਕਰਕੇ ਹੋਣਾ ਹੋ ਜਾਣਾ ਠੀਕ ਸੋ ਉਹ ਅੰਦਾਜ਼ੇ ਜਿਹੜੇ ਹੁੰਦੇ ਆ ਉਹ ਅੰਦਾਜ਼ੇ ਲਾਉਣ ਦੀ ਲੋੜ ਨਹੀਂ ਬੱਚੇ ਨਾਲ ਖੁੱਲ੍ਹ ਕੇ ਗੱਲ ਕਰੋ ਕਿ ਬੇਟਾ ਦੱਸੋ ਕੀ ਗੱਲ ਹੈ ਕੋਈ ਤੁਹਾਨੂੰ ਕੋਈ ਤੰਗ ਕਰ ਰਿਹਾ ਹੈ ਜਾਂ ਤੁਹਾਡੇ ਦਿਮਾਗ 'ਚ ਕੋਈ ਗੱਲ ਹੈ ਤੁਸੀਂ ਖੁੱਲ੍ਹ ਕੇ ਗੱਲ ਕਰੋ ਤਾਂ ਤੁਸੀਂ ਯੂ ਬੀ ਅ ਫਰੈਂਡ ਵਿਦ ਯੋਰ ਕਿਡਸ ਤਾਂ ਆਪਣੇ ਬੱਚਿਆਂ ਦੇ ਨਾਲ ਇੱਕ ਫਰੈਂਡ ਬਣਨ ਦੀ ਲੋੜ ਹੈ ਵੀਕਐਂਡ 'ਤੇ ਉਹਨਾਂ ਦੇ ਨਾਲ ਖੇਡਣ ਦੀ ਲੋੜ ਹੈ ਤਾਂ ਕਿ ਬੱਚਾ ਤੁਹਾਡੇ ਨਾਲ ਇੱਕ ਗੈਪ ਫੀਲ ਨਾ ਕਰੇ
जी ਤੁਹਾਡੇ ਨਾਲ ਬਹੁਤ ਜ਼ਿਆਦਾ ਇੱਕ ਵਧੀਆ ਅਟੈਚਮੈਂਟ ਦੇ ਨਾਲ ਬੱਚਾ ਰੇਜ਼ ਹੋਵੇ ਤਾਂ ਜੀ ਉਹਨੂੰ ਇਹ ਲੱਗੇ ਕਿ ਜੇ ਕਿਤੇ ਮੈਂ ਸਟਕ ਹੁੰਦਾ ਲਾਈਫ ਦੇ ਵਿੱਚ ਤਾਂ ਮੇਰੇ ਕੋਲ ਇੱਕ ਸਪੋਰਟ ਹੈ 100% ਚਾਰੋਂ ਪਾਸੇ ਉਹ ਸੰਗੇ ਨਾ ਡਰੇ ਨਾ ਪੇਰੈਂਟਸ ਤੋਂ ਕਿ ਵੀ ਜੇ ਘਰੇ ਪਤਾ ਲੱਗਿਆ ਤਾਂ ਕੀ ਕਹਿਣਗੇ ਨਾ ਜੀ ਦੇ ਸ਼ੁਡ ਓਪਨ ਅਪ ਬੱਚੇ ਓਪਨ ਤਾਂ ਹੋਣਗੇ ਜਦੋਂ ਪੇਰੈਂਟਸ ਉਹਨਾਂ ਦੇ ਨਾਲ ਓਪਨ ਹੋਣਗੇ ਜੀ ਤੇ ਪੇਰੈਂਟਸ ਨੂੰ ਵੀ ਇਹ ਸੋਚਣ ਦੀ ਸਮਝਣ ਦੀ ਲੋੜ ਹੈ ਕਿ ਜੇ ਕਿਤੇ ਬਾਈ ਚਾਂਸ ਇੱਦਾਂ ਦੀ ਕੋਈ ਸਿਚੁਏਸ਼ਨ ਉਹਨਾਂ ਨੂੰ ਲੱਗਦੀ ਹੈ ਕਿ ਵੀ ਪੇਰੈਂਟਸ ਨਹੀਂ ਹੈਂਡਲ ਕਰ ਸਕਦੇ ਤੇ ਉਹਨਾਂ ਨੂੰ ਆਪਣੇ ਐਕਸਪਰਟ ਨੂੰ ਕਾਲ ਕਰਨੀ ਚਾਹੀਦੀ ਹੈ ਅਪਾਇੰਟਮੈਂਟ ਬਣਾ ਕੇ ਉਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਇੱਕ ਗੱਲ ਮੈਂ ਸਭ ਤੋਂ ਵਧੀਆ ਜਿਹੜੀ ਮੈਨੂੰ ਲੱਗੀ ਹੁਣ ਇਸ ਲੋਕਡਾਊਨ ਦੀ ਕਰੋਨਾ ਦੇ ਵਿੱਚ ਜੀ ਉਹ ਇਹ ਹੈ ਕਿ ਸਾਰੇ ਐਕਸਪਰਟਸ ਹੁਣ ਵੀਡੀਓ ਕਾਨਫਰੰਸਿੰਗ ਤੇ ਅਵੇਲੇਬਲ ਹੈ। ਜਿਹੜੀ ਗੱਲ ਦਾ ਸਭ ਤੋਂ ਵੱਡਾ ਡਰ ਰਹਿੰਦਾ ਸੀ ਆਪਣੀ ਕਮਿਊਨਿਟੀ ਨੂੰ ਕਿ ਜੇ ਗਏ ਅਸੀਂ ਉੱਥੇ ਚਾਰ ਬੰਦੇ ਪਹਿਲਾਂ ਬੈਠੇ ਹੋਣੇ ਆ ਕੋਈ ਜਾਣ ਪਛਾਣ ਦਾ ਹੋਇਆ ਨਿਕਲਿਆ ਤਾਂ ਫਿਰ ਕੀ ਕਰਾਂਗੇ ਉਹਨਾਂ ਨੂੰ ਪੁੱਛਣੇ ਸਵਾਲ ਪੁੱਛਣੇ ਕਮਿਊਨਿਟੀ ਚ ਵੀ ਉਹਨਾਂ ਦੇ ਉੱਥੇ ਕੀ ਕਰਦੇ ਸੀਗੇ। ਉਹਦਾ ਸਮਾਧਾਨ ਹੋ ਗਿਆ ਹੁਣ ਬਹੁਤ ਵਧੀਆ। ਤੁਸੀਂ ਅਪੁਆਇੰਟਮੈਂਟ ਬਣਾਓ ਤੇ ਵੀਡੀਓ ਕਾਲ ਤੇ ਕਾਨਫਰੰਸ ਤੇ ਆਪਣੀ ਗੱਲਾਂ ਕਰੋ ਤੇ ਆਪਣੀ ਗੱਲਾਂ ਦਾ ਸਮਾਧਾਨ ਕਰੋ ਆਪਣੀ ਸਮੱਸਿਆਵਾਂ ਦਾ ਸਮਾਧਾਨ ਕਰੋ ਤੇ ਆਪਣੇ ਘਰੇ ਬਹਿ ਕੇ ਆਪਣੇ ਬੈਡਰੂਮ ਦੇ ਵਿੱਚ ਬਹਿ ਕੇ ਕਿਤੇ ਜਾਣ ਦੀ ਲੋੜ ਨਹੀਂ। ਜੀ ਠੀਕ ਹੈ ਜੀ। ਸੋ ਇਹ ਚੀਜ਼ਾਂ ਸਿਰਫ ਇਹ ਉਹਨਾਂ ਲਈ ਨਹੀਂ ਹੈ ਕਿ ਜਿਹਨਾਂ ਨੂੰ ਕੋਈ ਦਿਮਾਗੀ ਬਿਮਾਰੀ ਹੈ, ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿ ਜਿਹੜੇ ਬੰਦੇ ਆਸ ਜਿਹੜੇ ਨੋਰਮਲੀ ਆਪਣੇ ਬਿਜ਼ਨਸ ਦੇ ਵਿੱਚ ਸਾਰੀਆਂ ਗੱਲਾਂ ਨੋਰਮਲ ਹੈ ਬਟ ਉਹਨਾਂ ਨੂੰ ਕੋਈ ਚੀਜ਼ ਉੱਦਾਂ ਪਰੇਸ਼ਾਨ ਕਰ ਰਹੀ ਹੈ, ਕੋਈ ਸਟ੍ਰੈਸ ਇੱਦਾਂ ਦਾ ਹੈਗਾ ਵੀ ਨੀਂਦ ਆਉਣੀ ਬੰਦ ਹੋ ਗਈ ਜਾਂ ਨੀਂਦ ਬਹੁਤ ਜ਼ਿਆਦਾ ਆਉਣੀ ਸ਼ੁਰੂ ਹੋ ਗਈ, ਵਜ਼ਨ ਵਧਣਾ ਸ਼ੁਰੂ ਹੋ ਗਿਆ, ਵਜ਼ਨ ਬਹੁਤ ਜ਼ਿਆਦਾ ਘਟਣਾ ਸ਼ੁਰੂ ਹੋ ਗਿਆ, ਜਾਂ ਕੋਈ ਵੀ ਤੁਸੀਂ ਤੁਹਾਨੂੰ ਲੱਗਦਾ ਕਿ ਵੀ ਮੇਰਾ ਬਿਹੇਵੀਅਰ ਬੜਾ ਚਿੜਚਿੜਾ ਜਿਹਾ ਹੋ ਗਿਆ, ਮੈਨੂੰ ਗੁੱਸਾ ਜ਼ਿਆਦਾ ਆਉਣ ਲੱਗ ਪਿਆ ਤੇ ਜਾਂ ਮੇਰਾ ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ, ਕੋਈ ਵੀ ਤੁਹਾਨੂੰ ਲੱਗਦਾ ਇਹ ਨੋਰਮਲ ਗੱਲਾਂ ਹੈਗੀਆਂ ਬਟ ਜੇ ਇਹ ਟਾਈਮ ਤੇ ਇਹਨਾਂ ਦੀ ਟੇਕ ਕੇਅਰ ਨਹੀਂ ਕੀਤੀ ਗਈ ਤਾਂ ਫਿਰ ਇਹ ਬਹੁਤ ਜ਼ਿਆਦਾ ਵੱਧ ਜਾਂਦੀ ਅੱਗੇ ਜਾ ਕੇ ਫਿਰ ਤੁਹਾਨੂੰ ਤੁਹਾਡੇ ਰਿਸ਼ਤਿਆਂ 'ਚ ਰਿਲੇਸ਼ਨਸ਼ਿਪ ਪ੍ਰੋਬਲਮਸ ਆਉਂਦੀਆਂ, ਹਸਬੈਂਡ ਵਾਈਫ ਦੇ ਵਿੱਚ ਝਗੜੇ ਹੁੰਦੇ ਆ, ਡਿਵੋਰਸ ਤੱਕ ਹੋ ਜਾਂਦੇ ਆ, ਜੇ ਉੱਥੇ ਤੱਕ ਉਹ ਗੱਲਾਂ ਨਾ ਪਹੁੰਚਣ। ਇਸ ਕਰਕੇ ਅੱਜ ਇਸ ਚੀਜ਼ ਨੂੰ ਸਮਝਣਾ ਜ਼ਰੂਰੀ ਹੈ ਕਿ ਨਾਲੇ ਘਰ ਦੇ ਵਿੱਚ ਤੁਸੀਂ ਜਿਵੇਂ ਬਿਹੇਵ ਕਰਦੇ ਹੋ ਬੱਚਾ ਉੱਦਾਂ ਹੀ ਸਿੱਖਦਾ ਜੀ। ਇਹ ਚੀਜ਼ ਅੰਡਰਸਟੈਂਡ ਕਰਨ ਦੀ ਪੇਰੈਂਟਸ ਨੂੰ ਜ਼ਰੂਰਤ ਹੈ ਬਹੁਤ ਜ਼ਿਆਦਾ। ਅੱਜ ਤਾਂ ਆਪਣਾ ਇੱਕ ਇੰਟਰੋਡਕਟਰੀ ਸੀਗਾ ਐਪੀਸੋਡ, ਸੋ ਆਈ ਥਿੰਕ ਕਿ ਕੁਝ ਜ਼ਰੂਰੀ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚੀਆਂ ਹੋਣਗੀਆਂ ਜੀ। ਡਾਕਟਰ ਸਾਹਿਬ ਇੱਕ ਹੋਰ ਹੈਗਾ ਕਿ ਜਦੋਂ ਆਪਾਂ ਅਕਸਰ ਰੈਗੂਲਰ ਫਿਜੀਸ਼ੀਅਨਸ ਕੋਲ ਜਾਂਦੇ ਹਾਂ ਰੈਗੂਲਰ ਚੈੱਕਅਪਸ ਵਾਸਤੇ ਜਾਂ ਪਹਿਲੀ ਵਾਰ ਕਿਸੇ ਫਿਜੀਸ਼ੀਅਨ ਨੂੰ ਵਿਜ਼ਿਟ ਕਰਦੇ ਹਾਂ ਤਾਂ ਉਹ ਸਾਹਮਣੇ ਉਹਨਾਂ ਦਾ ਇੱਕ ਚਾਰਟ ਲੱਗਾ ਹੁੰਦਾ ਆ, ਉਹਦੇ ਉੱਪਰ ਪੁਆਇੰਟ ਹੁੰਦੇ 1, 2, 3, 4, 5, 6, 7 ਇੱਦਾਂ, ਤਾਂ ਉਹ ਸਾਡੇ ਕੋਲ ਉਹ ਕਹਿੰਦੇ ਵੀ ਤੁਹਾਨੂੰ ਇੱਦਾਂ ਤਾਂ ਨਹੀਂ ਲੱਗਦਾ, ਡਰ ਤਾਂ ਨਹੀਂ ਲੱਗਦਾ ਕਿਸੇ ਚੀਜ਼ ਤੋਂ ਕੁਛ ਕਰਨ ਤੋਂ, ਤੁਹਾਨੂੰ ਨੀਂਦ ਤਾਂ ਇੱਦਾਂ ਉਹ ਸਾਰੇ ਕਰਕੇ ਅਤੇ ਫਿਰ ਥੱਲੇ ਉਹ ਫਿਰ ਤੁਹਾਨੂੰ ਕਹਿੰਦੇ ਆ ਵੀ ਮੇ ਬੀ ਡਿਪਰੈਸ਼ਨ ਦਾ ਚਾਰਟ ਹੁੰਦਾ ਆ, ਤਾਂ ਉਹ ਤੁਹਾਨੂੰ ਦੇ ਦਿੰਦੇ ਆ ਕੋਈ ਮੈਡੀਸਿਨ ਹੈ ਨਾ। ਤੇ ਜਦੋਂ ਇੱਦਾਂ ਦੀ ਕੋਈ ਨੌਬਤ ਆਉਂਦੀ ਹੈ ਕੋਈ ਫਿਜੀਸ਼ੀਅਨ ਰੈਗੂਲਰ ਜਿਹੜੇ ਨੇ ਉਹ ਕਿਸੇ ਨੂੰ ਦਿੰਦੇ ਨੇ ਮੈਡੀਸਿਨ ਫਿਜੀਸ਼ੀਅਨ ਕੀ ਆ ਡਿਪਰੈਸ਼ਨ ਦਾ ਤੁਹਾਨੂੰ ਲੱਗਦਾ ਆ ਹੋ ਸਕਦਾ ਆ ਅਤੇ ਆਹ ਮੈਡੀਸਿਨ ਲੈ ਲਓ, ਉਹਨਾਂ ਨੂੰ ਉਹ ਮੈਡੀਸਿਨ ਰਾਈਟ ਵੇ ਲੈਣੀ ਚਾਹੀਦੀ ਆ ਜਾਂ ਫਿਰ ਉਹ ਕੰਟੈਕਟ ਕਰਨਾ ਚਾਹੀਦਾ ਵਾ ਹੈਲਥ ਕੋਚ ਨੂੰ? ਦੇਖੋ ਜੀ, ਸਾਈਕੈਟ੍ਰਿਸਟ ਨੂੰ ਅਪਰੋਚ ਕਰਨਾ ਚਾਹੀਦਾ ਜੇ ਤੁਹਾਨੂੰ ਲੱਗਦਾ ਕਿ ਵੀ ਦਵਾਈ ਗੋਲੀ ਦੀ ਲੋੜ ਹੈ ਜੀ। ਜੇ ਤੁਹਾਨੂੰ, ਕਿਉਂਕਿ ਇਹ ਡਾਇਗਨੋਸ ਕਰਨਾ ਬੜਾ ਔਖਾ ਹੁੰਦਾ ਹੈ ਕਿਉਂਕਿ ਇੱਕ ਆਮ ਇਨਸਾਨ ਘਰ ਦੇ ਵਿੱਚ ਬਹਿ ਕੇ ਕਿ ਮੈਨੂੰ ਡਿਪਰੈਸ਼ਨ ਹੋ ਗਿਆ ਜੀ ਜਾਂ ਮੈਨੂੰ ਕੋਈ ਸਟ੍ਰੈਸ ਹੋ ਰਿਹਾ, ਮੈਨੂੰ ਕੋਈ ਹੋਰ ਐਨਜਾਇਟੀ ਡਿਸਆਰਡਰਸ ਹੈਗੀਆਂ, ਕੋਈ ਵੀ ਪ੍ਰੋਬਲਮ ਉਹਨਾਂ ਨੂੰ ਦਿਮਾਗੀ ਬਿਮਾਰੀ, ਘਰੇ ਬਹਿ ਕੇ ਉਹਨੂੰ ਡਾਇਗਨੋਸ ਕਰਨਾ ਗਲਤ ਹੁੰਦਾ ਹੈ ਤੇ ਔਖਾ ਵੀ ਹੁੰਦਾ ਹੈ। ਇਹ ਕੋਸ਼ਿਸ਼ ਜੇ ਤੁਹਾਨੂੰ ਲੱਗਦਾ ਵੀ ਕੁਛ ਸਮਥਿੰਗ ਇਜ਼ ਰੋਂਗ, ਕਿ ਕੁਛ ਗਲਤ ਹੈ, ਤੇ ਤੁਸੀਂ ਆਪਣੇ ਪਹਿਲਾਂ ਆਪਣੇ ਸਾਈਕੋਲੋਜਿਸਟ ਨੂੰ ਅਪਰੋਚ ਕਰੋ, ਸਾਈਕੋਲੋਜਿਸਟ ਤੁਹਾਨੂੰ ਦੇਖੇਗਾ, ਗੱਲਬਾਤ ਕਰੇਗਾ, ਸਮਝੇਗਾ ਉਹਨੂੰ ਕਿ ਵੀ, ਤੇ ਨਾਲੇ ਇਹ ਵੀ ਮੈਂ ਕਹਾਂਗਾ ਕਿ ਉਸੇ ਸਾਈਕੋਲੋਜਿਸਟ ਨੂੰ ਅਪਰੋਚ ਕਰਨਾ ਚਾਹੀਦਾ ਜਿਹੜਾ ਤੁਹਾਡੀ ਲੈਂਗੁਏਜ ਜਾਣਦਾ ਹੋਵੇ, ਤੁਹਾਡੀ ਭਾਸ਼ਾ ਬੋਲਦਾ ਹੋਵੇ, ਤੁਹਾਡੀ ਕਲਚਰ ਨੂੰ, ਤੁਹਾਡੇ ਪਰਿਵਾਰ ਪਰਿਵਾਰਿਕ ਢਾਂਚੇ ਨੂੰ, ਸਮਾਜਿਕ ਢਾਂਚੇ ਨੂੰ ਸਮਝਦਾ ਹੋਵੇ, ਤੇ ਉਹਦੇ ਕੋਲ ਜਾਣਾ ਚਾਹੀਦਾ ਤਾਂ ਕਿ ਉਹ ਸਾਰੀਆਂ ਚੀਜ਼ਾਂ ਨੂੰ ਦਿਮਾਗ 'ਚ ਰੱਖ ਕੇ ਤੁਹਾਨੂੰ ਦੱਸੇ ਕਿ ਵੀ ਤੁਹਾਨੂੰ ਆਹ ਪ੍ਰੋਬਲਮ ਹੈ। ਹੋ ਸਕਦਾ ਤੁਹਾਡੀ ਜਿਹੜੀ ਥੈਰੇਪੀ ਸੈਸ਼ਨਸ ਹੁੰਦੇ ਆ, ਕਾਉਂਸਲਿੰਗ ਸੈਸ਼ਨਸ ਹੁੰਦੇ ਆ, ਉਹਨਾਂ ਨੂੰ ਲੈ ਕੇ ਹੀ ਤੁਹਾਡਾ ਕੰਮ ਸਰ ਜੇ, ਦਵਾਈਆਂ ਦੀ ਲੋੜ ਨਾ ਪਵੇ। ਜੇ ਦਵਾਈਆਂ ਦੀ ਲੋੜ ਪਈ ਤਾਂ ਉਹੀ
ਤੁਹਾਨੂੰ ਤੁਹਾਡਾ ਕਾਉਂਸਲਰ ਤੁਹਾਡਾ ਸਾਈਕੋਲੋਜਿਸਟ ਹੀ ਤੁਹਾਨੂੰ ਅੱਗੇ ਜਾ ਕੇ ਰੈਕਮੈਂਡ ਕਰੂਗਾ ਕਿ ਤੁਸੀਂ ਜੀ ਸਾਈਕੈਟ੍ਰਿਸਟ ਨੂੰ ਮਿਲੋ ਜਾ ਕੇ, ਤੁਹਾਨੂੰ ਦਵਾਈ ਦੀ ਲੋੜ ਹੈ, ਤੁਸੀਂ ਦਵਾਈ ਵੀ ਲਓ ਤੇ ਦਵਾਈਆਂ ਦੇ ਨਾਲ ਨਾਲ ਤੁਸੀਂ ਜੇ ਕਾਉਂਸਲਿੰਗ ਤੇ ਥੈਰੇਪੀ ਲੈਂਦੇ ਹੋ ਉਹਦਾ ਬਹੁਤ ਸਭ ਤੋਂ ਜ਼ਿਆਦਾ ਅਸਰ ਉਸੇ ਚੀਜ਼ ਦਾ ਹੁੰਦਾ ਵੀ ਤੁਸੀਂ ਛੇਤੀ ਨਿਕਲ ਜਾਂਦੇ ਪ੍ਰੋਬਲਮ ਤੋਂ ਜੀ। ਸੋ ਉਹ ਬਹੁਤ ਇਫੈਕਟਿਵ ਟੈਕਨੀਕ ਹੈ ਜੇ ਤੁਸੀਂ ਦੋਨੋਂ ਲੈਂਦੇ ਹੋ, ਬਟ ਕਈ ਵਾਰ ਹੁੰਦਾ ਤੁਹਾਨੂੰ ਦਵਾਈਆਂ ਦੀ ਲੋੜ ਨਹੀਂ ਤੇ ਸਿਰਫ ਤੁਸੀਂ ਇੰਨੀ ਕੁ ਅਵੇਅਰਨੈਸ ਦੇ ਨਾਲ ਕਿ ਤੁਸੀਂ ਸੈਸ਼ਨ ਜਿਹੜੇ ਹੁੰਦੇ ਆ ਕਲਾਸਾਂ ਲੈ ਕੇ ਉਹਦੇ ਵਿੱਚ ਹੀ ਤੁਸੀਂ ਠੀਕ ਹੋ ਜਾਂਦੇ ਹੋ। ਰਹੀ ਗੱਲ ਲਾਈਫ ਕੋਚਿੰਗ ਦੀ, ਲਾਈਫ ਕੋਚਿੰਗ ਇਹ ਜ਼ਰੂਰੀ ਨਹੀਂ ਹੈਗਾ ਕਿ ਸਿਰਫ ਉਹਨਾਂ ਲੋਕਾਂ ਨੂੰ, ਮਤਲਬ ਜਿਵੇਂ ਕਿਸੇ ਨੂੰ ਪ੍ਰੋਬਲਮ ਹੈ ਨਹੀਂ ਕੋਈ ਵੀ, ਲੇਕਿਨ ਉਹਦਾ ਲਾਈਫ ਸਟਾਈਲ ਇੱਦਾਂ ਦਾ ਹੋ ਗਿਆ। ਮੈਂ ਇੱਕ ਐਗਜਾਮਪਲ ਦਿੰਦਾ ਕਿ ਤੁਸੀਂ ਬਿਜ਼ਨਸ ਕਰ ਰਹੇ ਹੋ, ਬਿਜ਼ਨਸ 'ਚ ਇੰਨੇ ਜ਼ਿਆਦਾ ਬਿਜ਼ੀ ਹੋ ਗਏ ਤੁਸੀਂ ਕਿ ਤੁਹਾਨੂੰ ਲੱਗ ਰਿਹਾ ਕਿ ਮੈਂ ਇਸ ਤੋਂ ਗਾਂਹ ਵੱਧ ਨਹੀਂ ਰਿਹਾ ਮੇਰਾ ਕੁਛ ਵੀ ਕੰਮ, ਜਾਂ ਮੈਂ ਇਮੋਸ਼ਨਲੀ ਸਟੱਕ ਹੋ ਗਿਆ, ਡਿਸੀਜਨ ਮੇਕਿੰਗ ਪਾਵਰ ਮੇਰੀ ਖਤਮ ਹੋ ਰਹੀ ਹੈ, ਜਾਂ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ, ਮੈਂ ਸਟੱਕ ਹੋ ਗਿਆ। ਇੱਕ ਸਟੱਕ ਪੁਆਇੰਟ ਆਉਂਦਾ ਨਾ ਹਰੇਕ ਚੀਜ਼ ਦੇ ਵਿੱਚ, ਜੀ ਜੀ ਜੀ, ਉੱਥੇ ਫਿਰ ਤੁਹਾਡਾ ਲਾਈਫ ਕੋਚ ਤੁਹਾਡੇ ਸਾਹਮਣੇ ਖੜਾ ਹੁੰਦਾ ਹੈ ਕਿ ਵੀ ਤੁਸੀਂ ਉਹਦੇ ਨਾਲ ਸ਼ੇਅਰ ਕਰ ਦਿਓ ਕਿ ਵੀ ਦਿਸ ਇਜ਼ ਵਟ ਆਈ ਐਮ ਫੀਲਿੰਗ। ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਡਾਕਟਰ ਤੁਹਾਨੂੰ ਡਾਇਗਨੋਜ਼ ਹੀ ਕਰੂਗਾ ਕਿ ਵੀ ਤੁਸੀਂ ਸਟ੍ਰੈਸ ਦੇ ਵਿੱਚੋਂ ਲੰਘ ਰਹੇ ਹੋ, ਤੁਸੀਂ ਬਈ ਡਿਪਰੈਸ਼ਨ ਚੋਂ ਲੰਘ ਰਹੇ ਹੋ ਜਾਂ ਕੋਈ ਹੋਰ ਬਿਮਾਰੀ। ਜ਼ਰੂਰੀ ਨਹੀਂ ਹੈਗਾ, ਤੁਸੀਂ ਹੋ ਸਕਦਾ ਨੋਰਮਲ ਦੇ ਨੋਰਮਲ ਲਾਈਫ ਦੇ ਵਿੱਚ ਵੀ ਹਰੇਕ ਬੰਦੇ 'ਚ ਉਤਾਰ ਚੜਾਅ ਆਉਂਦਾ ਹੀ ਹੈ ਜੀ, ਵੀ ਉੱਥੇ ਇੱਕ ਲਾਈਫ ਕੋਚ ਦਾ ਕੰਮ ਹੁੰਦਾ ਤੁਹਾਨੂੰ ਜਿੱਥੇ ਤੁਸੀਂ ਸਟੱਕ ਹੋਏ ਹੋ ਉੱਥੋਂ ਤੁਹਾਨੂੰ ਅੱਗੇ ਭੇਜਣਾ, ਤੁਹਾਡੇ ਫਿਊਚਰ ਦੇ ਵਿੱਚ ਗੋਲ ਡਿਸਾਈਡ ਕਰਨਾ ਤੇ ਤੁਹਾਡੇ ਨਾਲ ਕੰਮ ਕਰਕੇ ਕਿ ਇਸ ਪ੍ਰੋਬਲਮ ਦੇ ਵਿੱਚੋਂ ਨਿਕਲਣਾ ਕਿਵੇਂ ਤੇ ਅਗਲੇ ਪੜਾਅ ਤੱਕ ਕਿਵੇਂ ਪਹੁੰਚਣਾ ਹੈ, ਕਾਮਯਾਬੀ ਦੇ ਪੜਾਅ ਤੋਂ ਤੁਹਾਨੂੰ ਮੋਟੀਵੇਟ ਕਰਨਾ ਤੇ ਤੁਹਾਡੀ ਜਿਹੜੀ ਉਲਝਣਾ ਹੈਗੀ ਹੈ, ਇਮੋਸ਼ਨਲ ਕਨਫਿਊਜ਼ਨ ਜਿਹੜੀ ਹੈਗੀ ਉਹਨਾਂ ਨੂੰ ਰਿਜ਼ੋਲਵ ਕਰਕੇ ਉੱਥੋਂ ਅੱਗੇ ਨਿਕਲਣਾ। ਜੀ ਡਾਕਟਰ ਸਾਹਿਬ, ਸਮਾਂ ਹੋ ਚੱਲਿਆ ਵਾ ਇਜਾਜ਼ਤ ਲੈਣ ਦਾ, ਤੇ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੋਈ ਮੈਸੇਜ, ਕੋਈ ਸਲਾਹ? ਮੈਸੇਜ ਇਹੀ ਹੈ ਜੀ ਕਿ ਜਦੋਂ ਵੀ ਤੁਹਾਨੂੰ ਲੱਗਦਾ ਕਿ ਕੋਈ ਚੇਂਜ ਹੈ, ਕੋਈ ਦਿਮਾਗ 'ਚ ਕੋਈ ਪ੍ਰੈਸ਼ਰ ਪੈ ਰਿਹਾ ਤੇ ਆਪਣੇ ਐਕਸਪਰਟ ਨੂੰ ਤੁਸੀਂ ਬਿਲਕੁਲ ਸੰਪਰਕ ਕਰੋ, ਇਹ ਸੋਚ ਕੇ ਕਿ ਜਿਵੇਂ ਤੁਸੀਂ ਡਾਕਟਰ ਨੂੰ ਸੰਪਰਕ ਕਰਦੇ ਹੋ ਤੁਹਾਨੂੰ ਬੁਖਾਰ ਹੁੰਦਾ ਤੇ ਦਵਾਈ ਮਿਲ ਜਾਂਦੀ ਹੈ, ਇਹ ਵੀ ਸੇਮ ਉਸੇ ਲੈਵਲ ਤੇ ਤੁਸੀਂ ਸੰਪਰਕ ਕਰਨਾ ਚਾਹੀਦਾ ਤੁਹਾਨੂੰ ਤਾਂ ਕਿ ਤੁਹਾਡੀ ਸਮੱਸਿਆ ਦਾ ਟਾਈਮ ਰਹਿੰਦੇ ਇਲਾਜ ਹੋ ਜਾਵੇ ਤੇ ਵੱਡੀਆਂ ਪ੍ਰੋਬਲਮਸ ਤੋਂ ਬਚਿਆ ਜਾ ਸਕੇ। ਤੇ ਜਸਟ ਇਨ ਕੇਸ ਕਿ ਕਿਸੇ ਨੂੰ ਆਫਲਾਈਨ ਕਈ ਵਾਰ ਇੱਦਾਂ ਦੇ ਕੁਐਸਚਨਸ ਆਨਲਾਈਨ ਨਹੀਂ ਬੰਦਾ ਪੁੱਛਦਾ ਤੇ ਬਾਅਦ 'ਚ ਵੀ ਕਿਸੇ ਨੂੰ ਕੋਈ ਕੁਐਸਚਨ ਹੁੰਦਾ ਹੈ ਪੁੱਛਣ ਦਾ ਜਾਂ ਰੀਚ ਆਊਟ ਕਰਨ ਦਾ, ਤਾਂ ਤੁਸੀਂ ਮੈਨੂੰ ਇੱਕ lohanlifecoach.com ਤੇ ਤੁਸੀਂ ਵਿਜਿਟ ਕਰ ਸਕਦੇ ਹੋ ਤੇ ਉੱਥੇ ਮੈਸੇਜ ਛੱਡ ਸਕਦੇ ਹੋ, ਤੇ lohanlifecoach.com ਤੇ ਜਾ ਕੇ ਤੁਸੀਂ ਉੱਥੇ ਪ੍ਰੋਫਾਈਲ ਦੇਖ ਕੇ ਉੱਥੇ ਮੈਸੇਜ ਛੱਡ ਸਕਦੇ ਹੋ, ਤਾਂ ਮੈਸੇਜ ਮੇਰੇ ਤੱਕ ਪਹੁੰਚ ਸਕਦਾ ਤੇ ਇਫ ਆਈ ਕੈਨ ਹੈਲਪ ਯੂ ਹੁੰਦਾ। ਜੀ ਸਰ, ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਵਾਸਤੇ ਸਮਾਂ ਕੱਢਣ ਵਾਸਤੇ। ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀਗਾ ਦਰਸ਼ਕਾਂ ਨੂੰ, ਸਾਨੂੰ ਉਮੀਦ ਆ ਬਹੁਤ ਪਸੰਦ ਆਇਆ ਹੋਵੇਗਾ, ਤੇ ਜ਼ਰੂਰ ਸਾਨੂੰ ਲਿਖਿਓ, ਸਾਡੇ ਨਾਲ ਸੰਪਰਕ ਕਰਿਓ, ਤੇ ਜੇ ਤੁਹਾਡੇ ਮਹੀਨੇ 'ਚ ਇੱਕ ਪ੍ਰੋਗਰਾਮ ਅਸੀਂ ਜ਼ਰੂਰ ਲੈ ਕੇ ਆਇਆ ਕਰਾਂਗੇ ਡਾਕਟਰ ਸਾਹਿਬ ਦੇ ਨਾਲ, ਤਾਂ ਉਸ ਦੇ ਵਿੱਚ ਅਸੀਂ ਪਹਿਲਾਂ ਟੌਪਿਕ ਜਿਹੜਾ ਆ ਉਹ ਪ੍ਰੋਮੋ ਦੇ ਵਿੱਚ ਸ਼ੇਅਰ ਕਰਿਆ ਕਰਾਂਗੇ ਕੀ ਟੌਪਿਕ ਹੋਏਗਾ, ਤਾਂ ਤੁਸੀਂ ਉਸ ਦੇ ਵਿੱਚ ਤੁਹਾਡੇ ਕੋਈ ਵੀ ਸਵਾਲ ਹੋਣ ਤੁਸੀਂ ਕਾਲਾਂ ਰਾਹੀਂ ਜੁੜ ਕੇ ਆਪਣੇ ਸਵਾਲਾਂ ਦੇ ਜਵਾਬ ਵੀ ਲੈ ਸਕਦੇ ਹੋ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਇੰਨਾ ਹੀ ਸੀਗਾ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਅਤੇ ਦਰਸ਼ਕੋ ਤੁਹਾਡੇ ਤੋਂ ਵੀ ਲੈਂਦੇ ਹਾਂ ਇਜਾਜ਼ਤ, ਆਪਣੀ ਸਿਹਤ ਦਾ ਧਿਆਨ ਰੱਖੋ, ਆਪਣੇ ਲਾਗੇ ਸਫਾਈਆਂ ਬਣਾ ਕੇ ਰੱਖੋ, ਅਤੇ ਲੈਂਦੇ ਹਾਂ ਇਜਾਜ਼ਤ, ਰੱਬ ਰਾਖਾ।